ਅਮਾ ਬੈਕ ਟੂ ਦਾ ਗੇਮ ਮੇਰਾ ਪੁੱਲੇ ਤਾਂ ਨਹੀਂ ਮੇਰੇ ਬਦਲੇ ਹਲਾ ਦੇ ਜੱਟ ਅਜੇ ਵੀ ਅਸੇ ਅਮਾ ਬੈਕ ਟੂ ਦਾ ਗੇਮ ਮੈਂ ਦੁਬਾਰਾ ਮਾਰ ਕੇ ਜਿਉਂਦਾ ਆਇਆ ਸੇਂਗਸੀ ਦਾ ਗੁਰਦੁਆਰਾ ਸੁਹਾਣਾ ਸਾਹਿਬ 6 ਮਹੀਨੇ ਮੈਨੂੰ ਲੱਗਦਾ ਵੀ ਉੱਥੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਬ੍ਰੇਕਫਾਸਟ ਕਰਦੇ ਲੰਚ ਕਰਨ ਦੇ ਅਸੀਂ ਸਿੱਧਾ ਉੱਥੇ ਜਾ ਕੇ ਲੰਗਰ ਛਕਦੇ ਸੀ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਉੱਥੇ ਹੀ ਖਾਂਦੇ ਸੀ ਉਹੀ ਸਾਡਾ ਡਿਨਰ ਹੁੰਦਾ ਸੀ ਤੇ ਸਾਡੇ ਕੋਲ ਨਾ ਮੋਟਰਸਾਈਕਲ ਸੀ ਉਹਨਾਂ ਟਾਈਮਾਂ ਅਜ ਅਸੀਂ ਕਿੰਨੀਆਂ ਮੀਟਿੰਗਜ਼ ਮੋਟਰਸਾਈਕਲ ਤੇ ਕੀਤੀਆਂ ਅਸੀਂ ਕੀ ਕਰਦੇ ਹੁੰਦੇ ਸੀ ਵੀ ਮੋਟਰਸਾਈਕਲ ਲੈ ਕੇ ਮਾਰਕੀਟ 'ਚ ਲਗਾ ਦੇਣਾ ਰੈਸਟੋਰੈਂਟ ਦੇ ਵਿੱਚ ਮੀਟਿੰਗ ਫਿਕਸ ਕਰ ਦੇਣੀ ਤੇ ਜਦੋਂ ਸਾਡੇ ਵੱਡੇ ਵੱਡੇ ਮਰਸੀਡਿਸ ਬੀਮਰ ਵਾਲਿਆਂ ਨੇ ਸਾਡੇ ਨਾਲ ਮੀਟਿੰਗ ਕਰਨ ਆਉਣਾ ਗਾਣੇ ਦੀ ਗੱਲ ਕਰਨ ਆਉਣਾ ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਹੀਰੋ ਬਣ ਕੇ ਬਾਪ ਜੀ ਉਹਨਾਂ ਨੂੰ ਕਹਿਣਾ ਸਾਨੂੰ ਕੰਮ ਆਧਾ ਘੰਟਾ ਸੀ ਇੱਥੇ ਹੀ ਰੁਕਾਂਗੇ ਜਦੋਂ ਦੇਖਣਾ ਚੱਲ ਗਏ ਆ ਅਸੀਂ ਹੌਲੀ ਜੀ ਲੈ ਕੇ ਮੋਟਰਸਾਈਕਲ ਪਿੱਛੇ ਦੀ ਨਿਕਲ ਜਾਣ ਤੇ ਮੈਂ ਇੰਨਾ ਜ਼ਿਆਦਾ ਆਖ ਗਿਆ ਸੀ ਮੈਂ ਸੁਸਾਇਡ ਦੀ ਕੋਸ਼ਿਸ਼ ਕੀਤੀ ਬਾਪੂ ਨੇ ਪਹਿਲੀ ਵਾਰੀ ਮੈਨੂੰ ਜੱਫੀ ਪਾਈ ਸੀ ਘੁੱਟ ਕੇ ਤੇ ਮੈਂ ਆਪਦੇ ਬਾਪੂ ਦੀ ਅੱਖਾਂ 'ਚ ਅਥਰੂ ਵੇਖੇ ਹਰ ਕੋਈ ਸੁੱਧੂ ਮੂਸੇ ਵਾਲਾ ਥੋੜੀ ਜੀ ਮੈਂ ਸੱਚ ਦੱਸ ਦਵਾਂ ਕਿ ਉਹਨਾਂ ਨੇ ਵੀ ਇਹਨਾਂ ਨੂੰ ਕਾਲ ਕੀਤੀ ਤੇ ਇਹਨਾਂ ਨੂੰ ਲੱਗਿਆ ਵੀ ਕੋਈ ਓਹੀ ਆਈਡੀ ਬਣਾ ਕੇ ਤੇ ਖਰੇ ਮਖੌਲ ਹੀ ਕਰ ਰਿਹਾ ਹੈ। ਇਹਦਾ ਆਪਣਾ ਨਾ ਸਿੱਧੂ ਉਹ ਵਾਲਾ ਗਾਣਾ ਬਹੁਤ ਸੁਣਦਾ ਹੁੰਦਾ ਸੀ। ਸਾਡਾ ਸੀ ਨਾ ਇੱਕ ਆਪਣੇ ਭਰਾ ਦਾ ਗਾਣਾ ਕੀਤਾ ਸੀ ਲਵ ਬਰਾਡ। ਉਹਦਾ ਗਾਣਾ ਸੀ 25 ਪਿੰਡ 26 ਥਾਣੇ ਹਿੱਲ ਜਾਂਦੇ ਆ ਜਿੱਥੇ ਤੇਰਾ ਯਾਰ ਨੇ ਕਰਾਉਂਦਾ ਖੜਕੇ ਸਿੱਧੂ ਬਹੁਤ ਸਟੋਰੀ ਪਾਉਂਦਾ ਸੀ। ਜੀ ਤੇ ਸਿੱਧੂ ਇੱਕ ਦਿਨ ਨਾ ਜੀਟੀਏ ਖੇਡ ਰਿਆ ਸੀ ਜੀਟੀਏ। ਤੇ ਉਹ ਜੀਟੀਏ ਦਾ ਬਹੁਤ ਸ਼ਕੀਨ ਸੀ। ਉਦੋਂ ਉਹਦਾ ਸੋਹਾਈ ਗਾਣਾ ਆਇਆ ਸੀਗਾ ਤੇ ਉਹਦੇ ਰੀਸੈਂਟਲੀ ਗਾਣੇ ਹਿੱਟ ਹੋ ਰਹੇ ਸੀ। ਕੈਨੇਡਾ ਸੀਗਾ ਉਹ। ਹਾਂ। ਤੇ ਉਹਦਾ ਕਾਲ ਆਇਆ ਇੰਸਟਾਗ੍ਰਾਮ ਤੋਂ ਵੀਡੀਓ ਕਾਲ ਸਿੱਧੀ ਅੱਛਾ ਤੇ ਸਾਡੇ ਪੇਜ ਦੇ ਉੱਤੇ ਮੈਂ ਦੇਖਿਆ ਸਿੱਧੂ ਮੂਸੇਵਾਲਾ ਮੈਂ ਕਿਹਾ ਪਤਾ ਨਹੀਂ ਕੋਈ ਜਾਲੀ ਨਾ ਹੋਵੇ ਹਨਾ ਜਿਹੜਾ ਪਿੰਡ ਤੋਂ ਸੱਜੇ ਬੂਮ ਬਣ ਗਿਆ ਜਿੱਦਾਂ ਵੈਸਟਰਨ ਪਿੰਡੋਂ ਜਾਲੀ ਬਣ ਗਿਆ ਤੇ ਉਵੇਂ ਜਦੋਂ ਖੋਲਿਆ ਅੱਗੇ ਬੈਠਾ ਹੈੱਡਫੋਨ ਲਾ ਕੇ ਜੀਟੀਏ ਖੇਡਣ ਲੱਗਾ ਅੱਛਾ ਤੇ ਕਹਿੰਦਾ ਡਾਰਲਿੰਗ ਤੁਹਾਡੇ ਗਾਣੇ ਬਹੁਤ ਵਧੀਆ ਹੁੰਦੇ ਮੈਂ ਕਿਹਾ ਬਈ ਪਹਿਲਾਂ ਤੇ ਤੂੰ ਦਾ ਸਾਡੇ ਗਾਣੇ ਕਦੋਂ ਸੁਨੇ ਮੈਂ ਕਿਹਾ ਅਹੀਂ ਤੇਰੇ ਸੁਣਨ ਲੈਂਦਾ ਹਾਂ ਇਹ ਉਹ ਕਹਿੰਦਾ ਨਹੀਂ ਨਹੀਂ ਦਾਲ ਲਈ ਮੈਂ 뮤직 ਬਹੁਤ ਹੁੰਦਾ ਉਹਨੇ ਬਹੁਤ ਸਟੋਰੀਆਂ ਪਾਈਆਂ ਬੱਚੀ ਪੈ ਲਗਾਣੀਆਂ ਤੇ ਤੁਸੀਂ ਨਾ ਉਹਨਾਂ ਦੇ ਜਉਂਦੇ ਜੀ ਗਾਣਾ ਪਾਇਆ ਤੇ ਨਾ ਉਹਨਾਂ ਦੇ ਜਾਣ ਪਿੱਛੋਂ ਮਤਲਬ ਨਹੀਂ ਅਸੀਂ ਫੇਰ ਭਾਉ ਹੁੰਨੇ ਆ ਨਾ ਐ ਕਿ ਇਹਦੇ ਮਰੇ ਦਾ ਫਾਇਦਾ ਨਹੀਂ ਚੁੱਕਦੇ ਨਾ ਅਸੀਂ ਕਿਸੇ ਦੇ ਸਿਰ ਤੋਂ ਰੋਟੀ ਖਾਣ ਖਾਣੇ ਆ ਰੱਬ ਤੇ ਜਿਆਦਾ ਭਰੋਸਾ ਮੈਨੂੰ ਜੀ ਤੇ ਮੈਂ ਲਗ ਚਾਰ ਪੰਜ ਗਾਣੇ ਪਏ ਨੇ ਆਪਣੇ ਕੋਲ ਸਿੱਧੂ ਨੇ ਕੀਤੇ ਹੋਏ ਈਵਨ ਟ੍ਰੈਂਡ ਗਾਣਾ ਉਹ ਵਰਜ਼ਨ ਵੀ ਸੁਣਿਆ ਹੋਣਾ ਕਿਸੇ ਨੇ ਜਿਹੜਾ ਵਰਜ਼ਨ ਮੇਰੇ ਕੋਲ ਬੈਠਾ ਹਾਂ ਤਿੰਨ ਚਾਰ ਗਾਣੇ ਹੋਰ ਨੇ ਆਪਣਾ ਉਹ ਕੰਮ ਨਹੀਂ ਲੀਕ ਕਰਕੇ ਹਨਾ ਆਪਾਂ ਵਾਹ ਵਾਈ ਖੱਟੀਏ ਚਾਰ ਬੰਦੇ ਵਾਹ ਵਾਈ ਕਰਨਗੇ ਛੇ ਬੰਦੇ ਗਾਲਾਂ ਕੱਢਣਗੇ ਮੈਂ ਅਸੀਂ ਰੋਟੀ ਖਾ ਕੇ ਕੀ ਕਰਨੀ ਜੋ ਪਜੇ ਨਾ ਪਰ ਬਾਅਦ ਮੈਂ ਫੋਟੋ ਦੇਖੀ ਟੂਪਾਕ ਦੀ ਫੋਟੋ ਤੁਸੀਂ ਉਹ ਵੀ ਉਹਨਾਂ ਨੂੰ ਫੋਲੋ ਕਰਦੇ ਹੋ ਸਿੱਧੂ ਨੂੰ ਦੇਖ ਕੇ ਸੁਣ ਕੇ ਕਈ ਲੋਕ ਟੂਪਾਕ ਨੂੰ ਸੁਣਨ ਲੱਗ ਗਏ ਬਟ ਮੈਂ ਉਹਨੂੰ ਦੇਖਣ ਦਾ ਸੁਣਨ ਦਾ ਮਤਲਬ ਸੀ ਉਹ ਬਹੁਤ ਘੈਂਟ ਲਖਾਰੀ ਜੀ ਮੈਂ ਉਹਦਾ ਬੰਦੇ ਦਾ ਫੈਨ ਤਾਂ ਬਣਿਆ ਵੀ ਉਹਦੇ ਜਿਹੜੇ ਮਮ ਡੈਡ ਸੀ ਉਹਦੇ ਮਮ ਡੈਡ ਜਿਹੜੇ ਬਲੈਕਸ ਦੀ ਕਮਿਊਨਿਟੀ ਦੇ ਹਨਾ ਲੀਡਰ ਸੀਗੇ ਬਲੈਕਸ ਕਮਿਊਨਿਟੀ ਦਾ ਕੋਈ ਗਰੁੱਪ ਸੀਗਾ ਉਹਨਾਂ ਦਾ ਉਹਦੇ ਲੀਡਰ ਸੀ ਉਹਨਾਂ ਨੇ ਆਪਣੀ ਬਲੈਕ ਕਮਿਊਨਿਟੀ ਲਈ ਬਹੁਤ ਕੁਝ ਕੀਤਾ ਤੇ ਟੂਪੌਕ ਉਹਨਾਂ ਚੀਜ਼ਾਂ ਨੂੰ ਜੋ ਉਹਦੇ ਮਾਪੇ ਨੇ ਕੀਤੀਆਂ ਪੈਦਾ ਵੀ ਜੇਲ੍ਹ ਚ ਹੋਇਆ ਹੈ ਜੀ ਔਰ ਓਕੇ ਇਹ ਮੈਨੂੰ ਨਹੀਂ ਪਤਾ ਸੀ ਪੈਦਾ ਜੇਲ੍ਹ ਚ ਹੋਇਆ ਸੀ ਇਹਦੀ ਮਦਰ 15 ਸਾਲ ਦੇ ਸੀਗੇ ਅੱਛਾ ਤੇ ਜਿਹੜੇ ਬੰਦੇ ਦੀ ਜਰਨੀ ਜੇਲ੍ਹ ਚ ਸ਼ੁਰੂ ਹੋਈ ਹੈ ਉਹਨੂੰ ਜਿਲ੍ਹਾ ਜੀ ਬਾੜਾ ਕੁਝ ਮਾਇਨੇ ਨਹੀਂ ਰੱਖਦੀਆਂ ਇਹਨੇ ਬੰਦੇ ਨੇ ਆਪਣੀ ਜ਼ਿੰਦਗੀ ਜੇਲਾ ਕੱਟੀਆਂ ਪਰ ਕੁੜੀ ਛੇੜ ਨਾਲੀਆਂ ਜੇਲਾ ਨਹੀਂ ਕੱਟੀਆਂ ਇਹਨੇ ਕੋਈ ਸੋ ਮਿਸ ਨਹੀਂ ਕਰਦੇ ਵੈਸਟਰਨ ਪੈਂਡੂ ਇੱਕ ਅੱਛਾ ਬ੍ਰਾਂਡ ਬਣ ਚੁੱਕਿਆ ਸੀ ਹੁਣ ਉਹ ਵੱਖ ਹੋ ਚੁੱਕਿਆ ਮਿਸਟਰ ਪੈਂਡੂ ਵੱਖ ਆਪਣਾ ਰਸਤਾ ਚੁਣ ਚੁੱਕਿਆ ਪੁਰਾਣੀ ਮੈਮਰੀ ਸੋਚਦਾ ਨਾ ਸਵੀਟ ਮੈਮਰੀਸ ਆਪਾਂ ਕਹਿ ਲੈਨੇ ਆ ਵੀ ਆਪਾਂ ਇਦਾਂ ਇਦਾਂ ਕਰਦੇ ਹੁੰਦੇ ਸੀ ਆਪਾਂ ਆ ਸਟਰਗਲ ਦਾ ਪੀਰੀਅਡ ਇਦਾਂ ਇਦਾਂ ਗੁਜ਼ਾਰਿਆ ਹਨਾ ਤੇ ਉਹ ਕਿਤੇ ਨਾ ਕਿਤੇ ਸਵੀਟ ਮੈਮਰੀਜ਼ ਨੇ ਮਾਈਂਡ ਚ ਬਟ ਆਪਾਂ ਹਣਾ ਦਿਸ ਇਜ਼ ਨਾਟ ਅ ਫੇਰੀ ਟੇਲ ਉਹਦੇ ਬਾਅਦ ਜਦੋਂ ਅਸੀਂ ਅੱਡ ਹੋਏ ਉਹ 2 ਸਾਲ ਦਾ ਸਟਰਗਲ ਮੈਂ ਇਕੱਠਾ ਹੀ ਕਰ ਲਿਆ 4-5 ਸਾਲ ਦਾ ਦੁਬਾਰਾ ਹਮ ਹਣਾ ਫਿਰ ਜਦੋਂ ਤੁਸੀਂ ਅਲੱਗ ਹੁੰਨੇ ਹੋ ਤੁਹਾਡੇ ਰਾਈਜ਼ ਦੇ ਵਿੱਚ ਤੁਹਾਨੂੰ ਜੋ ਲੋਕ ਮਿਲੇ ਸੀਗੇ ਉਹ ਅੱਡ ਹੁੰਦੇ ਦੇਖਦੇ ਆ ਸਾਰਿਆਂ ਦੇ ਅਲੱਗ-ਅਲੱਗ ਡਬਲ ਫੇਸ ਦੇਖਦੇ ਆ ਵੀ ਲਾਰੇ ਤਾਂ ਮਿਲਦੇ ਆ ਸੋਨ ਨੂੰ ਇੱਕ ਵਾਰ ਜਦੋਂ ਤੁਹਾਡਾ ਰਾਈਜ਼ ਹੁੰਦਾ ਨਾ ਲੋਕ ਲਾਗੇ ਬੈਠ ਕੇ ਕਹਿੰਦੇ 10 ਕੀ ਚਾਹੀਦਾ 10 ਕੀ ਕਰਨਾ ਹੁਣੇ ਕਰ ਦਿਆਂਗੇ ਤੇ ਹਮਰ ਗਾਣਾ ਵੀ ਤੇ ਤੁਹਾਡਾ ਹੀ ਸੀਗਾ ਏਕੇ ਵਾਲਾ ਬਟ ਉਸ ਤੋਂ ਉੱਥੇ ਵੀ ਜਿਹੜਾ ਨਾਮ ਹੈ ਉਹ ਇੰਨਾ ਇਨਹਾਂਸ ਹੋ ਕੇ ਸਾਹਮਣੇ ਆਇਆ ਹੀ ਨਹੀਂ ਮੰਨਦਾ ਲੱਗਦਾ ਕਈਆਂ ਨੂੰ ਪਤਾ ਵੀ ਨਹੀਂ ਹੁਣਾ ਵੀ ਗੋਣਾ ਤੁਸੀਂ ਕੀ ਕਰਿਆ ਇੱਕ ਗਾਣਾ ਹਮਰ ਸੀਗਾ ਜਿਹੜਾ ਏਕੇ ਦਾ ਉਹ ਐ ਸੀਗਾ ਕਿ ਉਦੋਂ ਬਹੁਤ ਜ਼ਿਆਦਾ ਹੀ ਨਵੇਂ ਸੀ ਅਸੀਂ ਉਦੋਂ ਦੀਪ ਦੀਪ ਜੰਡੂ ਦਾ ਬਹੁਤ ਜ਼ਿਆਦਾ ਕਰੀਅਰ ਸੀ ਜੀ ਤੇ ਉਦੋਂ ਦੀਪ ਜੰਡੂ ਦਾ ਇੰਨਾ ਜ਼ਿਆਦਾ ਕਰੀਅਰ ਸੀ ਵੀ ਜਦੋਂ ਕੋਈ ਗਾਣਾ ਆਉਂਦਾ ਸੀ ਲੋਕਾਂ ਨੂੰ ਲੱਗਦਾ ਸੀ ਸ਼ਾਇਦ ਇਦਾ ਹੀ ਹੋਈ ਸੀਗਾ ਜੇ ਕੋਈ ਵਧੀਆ ਮਿਊਜ਼ਿਕ 'ਚ ਗਾਣਾ ਆ ਰਿਹਾ ਉਹ ਇਹਦਾ ਹੀ ਹੋ ਸਕਦਾ ਹੋਰ ਕਿਸਦਾ ਹੋ ਨਹੀਂ ਸਕਦਾ ਤੇ ਉਹ ਗਾਣਾ ਪਤਾ ਨਹੀਂ ਕਿਵੇਂ ਲੀਕ ਹੋ ਗਿਆ ਕਿਹਨੇ ਲੀਕ ਕਰਤਾ ਉਹਨੇ ਮਿਊਜ਼ਿਕ ਦੇ ਵਿੱਚ ਦੀਪ ਜੰਡੂ ਦਾ ਨਾਮ ਪਾ ਕੇ ਲੀਕ ਕਰਤਾ ਓਕੇ ਤੇ ਲਿਰਿਕਸ ਦੇ ਵਿੱਚ ਕਿਸੇ ਹੋਰ ਦਾ ਨਾਮ ਪਾਤਾ ਅਸਲ ਜੇ ਲਿਰਿਕ ਸੀ ਕਿ ਮੀਤ ਦੇ ਉਹਨਾਂ ਬੀਤ ਲਿਖਤਾ ਤੇ ਚਲੋ ਉਹ ਉਸ ਟਾਈਮ ਵੈਸੇ ਹੀ ਬੜਾ ਚੱਲਣ ੜਿਆ ਲੋਕਾਂ ਨੂੰ ਬਲੀਵ ਹੋ ਗਿਆ ਵੀ ਉਹਦਾ ਹੀ ਮਿਊਜ਼ਿਕ ਆ ਬਟ ਚਲੋ ਉਹਦੇ ਬਾਅਦ ਆਪਾਂ ਨੇ ਟੈਟ ਗੋਰੀਆ ਕੀਤਾ ਉਹ ਤੋਂ ਬ੍ਰੇਕ ਮਿਲ ਗਈ ਆਪਣਾ ਕੰਮ ਆਪਣੀ ਦੁਕਾਨ ਸ਼ੁਰੂ ਹੋ ਗਈ। ਇਹ ਲੀਕ ਵਾਲਾ ਸਿਸਟਮ ਕੀ ਹੈ ਮੈਂ ਜਿੰਨਾ ਕ ਤੁਹਾਨੂੰ ਪਤਾ ਹੈ ਮੈਂ ਜ਼ਰੂਰ ਚਾਹਾਂਗੇ ਕਿ ਮੈਨੂੰ ਦੱਸੋ। ਲੀਕ ਦੇਖੋ ਮੈਂ ਤੁਹਾਨੂੰ ਦੱਸਦਾ ਜੇ ਮੰਨ ਲਓ 10 ਗਾਣੇ ਲੀਕ ਹੋਣਦੇ ਆ 10 ਚੋਂ 8 ਗਾਣੇ ਸਿੰਗਰਾਂ ਨੇ ਆਪ ਲੀਕ ਕੀਤੇ। ਤੁਸੀਂ ਕਿਹੜੀ ਗੱਡੀ ਚ ਆਏ ਹੋ ਤੁਹਾਡੀ ਬੈਕ ਕੀ ਹੈ ਤੁਹਾਡੀ ਜੇਬ ਚ ਕਿੰਨਾ ਪੈਸਾ ਉਸੇ ਬਿਹਾਫ ਤੇ ਵੀ ਮੋਸਟਲੀ ਜਿਹੜਾ ਕੰਮ ਮਿਲਦਾ ਹੈ। ਜੱਜ ਕਰਦੇ ਲੋ ਇਹ ਕਿਤੇ ਨਾ ਕਿਤੇ ਸਿੱਧੂ ਨੇ ਚੀਜ਼ਾਂ ਖਤਮ ਕਰਤੀਆਂ। ਹੂੰ। ਸਿੱਧੂ ਨੇ ਦਿਖਾਤਾ ਲੋਕਾਂ ਨੂੰ ਵੀ ਇੱਕ ਸਿੰਪਲ ਲਿਵਿੰਗ ਹਾਈ ਥਿੰਕਿੰਗ ਰੱਖਣ ਵਾਲਾ ਬੰਦਾ ਪੂਰੀ ਦੁਨੀਆ ਨੂੰ ਜਿੱਤ ਸਕਦਾ ਆਪਣੇ ਘਰ ਬੈਠ ਕੇ ਵੀ ਜਿੱਤ ਸਕਦਾ ਇਹ ਦੁਨੀਆ ਦੇ ਭਰਮ ਭਲੇਖੇ ਉਹਨੇ ਵਾਕਿਆ ਨਹੀਂ ਮਟਾਏ ਆ ਰਾਈਟ ਤਾਂ ਹੀ ਦੇ ਲੋਕਾਂ ਤੋਂ ਐਕਸੈਪਟ ਨਹੀਂ ਹੋ ਰਿਹਾ ਵੀ ਅਸੀਂ ਜਿਹੜੇ 4-5 ਸਾਲ 6 ਸਾਲ ਆ ਗਾਲ ਤੇ ਅਸੀਂ ਇਹਨਾਂ ਚੀਜ਼ਾਂ ਦੇ ਸ਼ੋਅ ਆਫ ਦੇ ਚੱਕਰ ਦੇ ਵਿੱਚ ਉਹਨਾਂ ਕੋ ਐਕਸੈਪਟ ਨਹੀਂ ਕੀਤਾ ਜਾ ਰਿਹਾ ਵੀ ਉਹ ਅਸੀਂ ਖਰਾਬ ਕਰ ਲੇ ਇਹ ਤਾਂ ਪਤਾ ਲੱਗ ਗਿਆ ਕਿ ਤੁਸੀਂ ਟਪਾਕ ਦੀ ਪੂਰੀ ਹਿਸਟਰੀ ਵੀ ਜਾਣਦੇ ਹੋ ਇਸੇ ਲਈ ਤੁਸੀਂ ਉਹਨਾਂ ਨੂੰ ਅਡੋਰ ਕਰਦੇ ਹੋ ਹੈਨਾ ਤੁਸੀਂ ਇੱਕ ਫੋਟੋ ਇਹ ਵੀ ਲਾਈ ਹੋਈ ਹੈ ਸਟੂਡੀਓ ਦੇ ਵਿੱਚ 97 ਟੂ 99 ਹੈਨਾ ਇਹ ਇਹ ਕੁਝ ਸਪੈਸ਼ਲ ਹੈ ਹਾਂਜੀ ਇਹ ਫੋਟੋ ਮੇਰੇ ਨਾਲ 12 ਸਾਲ ਤੋਂ ਹੀ ਹੈ 12 ਸਾਲ ਤੋਂ 12 ਸਾਲ ਤੋਂ ਮੇਰੇ ਨਾਲ ਮਤਲਬ ਇਹ ਸਾਡਾ ਜਿੱਥੇ ਅਸੀਂ ਹੁਣ ਸਟੂਡੀਓ ਇਹ ਸਾਡਾ ਇਹ ਸਾਡਾ ਸੈਵਨਥ ਹੋਮ ਸੀ ਅਸੀਂ ਜਿੱਥੇ ਜਿੱਥੇ ਸ਼ਿਫਟ ਕੀਤੇ ਜਿੱਧਰੋਂ ਜਿੱਧਰੋਂ ਤੁਰੇ ਜਦੋਂ ਘਰੋਂ ਤੁਰੇ ਇਹ ਫੋਟੋ ਮੇਰੇ ਨਾਲ ਹੀ ਰਹੀ 12 ਸਾਲ ਤੋਂ ਮੇਰੇ ਨਾਲ ਹੀ ਹੈ ਫੋਟੋ ਮਿਊਜ਼ਿਕ ਲਵਰਸ ਜਿਹੜੇ ਮੇਰੇ ਵਰਗੇ ਨੇ ਉਹਨਾਂ ਨੂੰ ਇਹ ਵਾਈਬ ਬਹੁਤ ਵਧੀਆ ਲੱਗ ਰਹੀ ਹੋਏਗੀ ਆਮ ਸ਼ੋਰ ਕਿਉਂਕਿ ਸਟੂਡੀਓ ਹੈ ਮਿਊਜ਼ਿਕ ਹੈ ਔਰ ਮੈਨੂੰ ਲੱਗਦਾ ਮਿਊਜ਼ਿਕ ਹਰ ਤਰੀਕੇ ਦੇ ਨਾਲ ਤੁਹਾਡੇ ਲਈ ਇੱਕ ਮੈਡੀਕੇਸ਼ਨ ਦਾ ਕੰਮ ਕਰਦੀ ਹੈ ਹੈ ਕਿ ਨਹੀਂ ਸੋ ਸਾਡੇ ਨਾਲ ਅੱਜ ਜੋ ਹੈਗੇ ਨੇ ਉਹ ਨੇ ਮੱਝ ਦੇ ਮਜ਼ਹਿਰ ਉਹ ਸ਼ਰੀਫ ਵੀ ਨੇ ਤੇ ਇਨਸੇਨ ਵੀ ਨੇ ਔਰ ਗੱਲਾਂ ਦੇ ਜ਼ਰੀਏ ਆਪਣੀ ਹਰ ਗੱਲ ਕਹਿ ਵੀ ਦਿੰਦੀ ਨੇ ਕਲਮ ਦੇ ਮੁਰীদ ਵੀ ਨੇ ਔਰ ਸੁਨਣਾ ਖੇਡ ਵੀ ਜਾਂਦੇ ਨੇ ਸੋ ਬਹੁਤ ਹੀ ਕ੍ਰੀਏਟਿਵ ਜੀ ਪਰਸਨੈਲਿਟੀ ਸਾਡੇ ਨਾਲ ਹੈ ਅਸੀਂ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਮਿਸਟਰ ਪੇਂਡੂ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦੀ ਤੁਹਾਡਾ ਇੰਨੀ ਵਧੀਆ ਇੰਟਰੋਡਕਸ਼ਨ ਦੇਣ ਲਈ ਸਭ ਤੋਂ ਪਹਿਲਾਂ ਜੀ ਸੋ ਯੂ ਡਿਸਰਵ ਥੈਨ ਅਲਿ ਤੁਸ ਦਾ ਕੰਨੇ ਵੀ ਹੂੰ ਅੱਛਾ ਹੁਣ ਮੈਂ ਡੀ ਕਹਾਂ ਜਾਂ ਉਹ ਨਾਮ ਲਵਾਂ ਜਿਹੜਾ ਕਿਸੇ ਨੂੰ ਨਹੀਂ ਪਤਾ ਜਾਂ ਤੁਸੀਂ ਆਪੇ ਹੀ ਦੱਸ ਦੋ ਦੇਖੋ ਤੁਸੀਂ ਡੀ ਵੀ ਕਹਿ ਸਕਦੇ ਹੋ ਤੇ ਤੁਸੀਂ ਰੀਅਲ ਨੇਮ ਲੈਣਾ ਚਾਹੁੰਦੇ ਹੋ ਰੀਅਲ ਨੇਮ ਵੈਸੇ ਬਹੁਤ ਘੱਟ ਲੋਕਾਂ ਨੂੰ ਪਤਾ ਦੀਪ ਸਿੰਘ ਚਾਹਲ ਜੀ ਜ਼ਿਆਦਾਤਰ ਲੋਕੀ ਡੀ ਕਹਿੰਦੇ ਆ ਪਹਿਲਾਂ ਮੈਂ ਵੈਸਟਰਨ ਪੇਂਡੂ ਕਹਿੰਦੇ ਹੁੰਦੇ ਸੀ ਜੀ ਸੋ ਵੈਸਟਰਨ ਪੇਂਡੂ देन ਮਿਸਟਰ ਪੇਂਡੂ ਤੇ ਹੁਣ ਡੀ ਔਰ ਮੈਂ ਤਾਂ ਦੀਪੀ ਕਹਾਗੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਇੰਟਰਵਿਊ ਹੈ ਇਹ ਇੰਟਰਵਿਊ ਨਹੀਂ ਵੈਸੇ ਗੱਲਾਂ ਬਾਤਾਂ ਨਹੀਂ ਸੋ ਅਸਲ ਨਾਮ ਦੇ ਨਾਲ ਹੀ ਹੋਣੀਆਂ ਚਾਹੀਦੀਆਂ ਨੇ ਬਾਕੀ ਇੰਡਸਟਰੀ ਲਈ ਡੀ ਤਾਂ ਹੈਗੇ ਹੀ ਨੇ ਸੋ ਬੈਕ ਟੂ ਦੀ ਗੇਮ ਤੁਸੀਂ ਗਾਣਾ ਕੀਤਾ ਖੁਦ ਹੀ ਲਿਖਿਆ ਹੈ ਨਾ ਔਰ ਮੈਂ ਸੁਣਿਆ ਹੈ ਤੁਸੀਂ ਬੜਾ ਰਿਲੇਟੇਬਲ ਹੈ ਨਾ ਔਰ ਔਰਿਜినੈਲਟੀ ਨੂੰ ਮੈਚ ਕਰਦਾ ਹੋਇਆ ਗਾਣਾ ਹੈ ਸੋ ਪਹਿਲੇ ਤੇ ਟਾਈਟਲ ਮੈਂ ਜ਼ਰੂਰ ਜਾਨਣਾ ਚਾਹਾਂਗੀ ਇਹ ਹੀ ਟਾਈਟਲ ਕਿਉਂ ਮਤਲਬ ਗੇਮ ਦੇ ਵਿੱਚ ਵਾਪਸੀ ਜਿਹੜੀ ਵਾਪਸੀ ਕੀਤੀ ਹੈ ਗਾਇਕੀ ਦੇ ਨਾਲ ਸਿੰਗਿੰਗ ਸਕਿਲਸ ਦੇ ਨਾਲ ਕੀ ਇਹ ਉਹ ਹੈ ਜਾਂ ਫਿਰ ਬੜਿਆਂ ਨੂੰ ਜਵਾਬ ਦੇਣਾ ਹੈ ਉਹ ਹੈ ਦੇਖੋ ਦੋਨੋਂ ਚੀਜ਼ਾਂ ਹੀ ਨੇ ਬੈਕ ਟੂ ਦਾ ਗੇਮ ਦਾ ਮਤਲਬ ਜੋ ਇਹਦਾ ਟਾਈਟਲ ਹਨਾ ਹੈਗਾ ਵੀ ਗੇਮ ਦੇ ਵਿੱਚ ਵਾਪਸੀ ਮੇਰੇ ਹਿਸਾਬ ਨਾਲ ਕਿ ਮੈਂ ਦੁਬਾਰਾ ਮਾਰ ਕੇ ਜਿਉਂਦਾ ਆ ਜੋ ਮੈਂ ਪਹਿਲਾਂ ਸੀਗਾ ਹੁਣ ਮੇਰੀ ਉਹ ਪਰਸਨੈਲਿਟੀ ਯਾਨੀ ਕਿ ਦਿਲ ਤੇ ਉਹੀ ਆ ਪਰ ਦਿਮਾਗ ਹੁਣ ਲੋਕਾਂ ਵਰਗੇ ਚੱਲਣ ਲੱਗ ਗਿਆ ਜਿਵੇਂ ਲੋਕਾਂ ਦੇ ਚੱਲਦੇ ਆ ਨਾ ਥੋੜਾ ਜਿਹਾ ਦਿਮਾਗ ਲੋਕਾਂ ਵਰਗਾ ਕਰ ਲਿਆ ਆਪਾਂ ਨੇ ਅੱਛਾ ਤੇ ਮੈਨੂੰ ਇਹ ਦੱਸੋ ਕਿੱਦਾਂ ਹੁੰਦਾ ਲੋਕਾਂ ਵਰਗਾ ਦਿਮਾਗ ਮੇਰਾ ਕਦੇ ਹੁੰਦਾ ਹੀ ਨਹੀਂ ਜਿੰਨੇ ਮਰਜੀ ਫਾਟਖਾ ਲੋ ਜਿੰਨੇ ਮਰਜੀ ਥੋਖੇ ਲੱਗ ਜਾਣ ਉਸ ਤੋਂ ਬਾਅਦ ਵੀ ਦਿਮਾਗ ਦਿਲ ਉਹੀ ਰਹਿੰਦਾ ਹੈ ਲੋਕਾਂ ਵਰਗਾ ਯਾਨੀ ਕਿ ਤੁਸੀਂ ਐ ਕਹਿ ਲਓ ਵੀ ਥੋੜਾ ਜਹਾ ਹਣ ਜਾਣਦੇ ਆ ਜਦੋਂ ਅਸੀਂ ਜਦੋਂ ਅਸੀਂ ਲੋਕਾਂ ਦੇ ਵਿੱਚ ਰਕੇ ਥੋੜਾ ਜਹਾ ਹਣ ਜਾਣਦੇ ਆ ਆਪਣੇ ਸੈਲਫ ਦਾ ਆਪਣੇ ਮਤਲਬ ਦਾ ਥੋੜਾ ਜਿਆਦਾ ਸੋਚਦੇ ਆ ਹਨਾ ਕਿਸੇ ਦਾ ਘੱਟ ਸੋਚ ਕੇ ਮੇਰੇ ਹਿਸਾਬ ਨਾਲ ਥੋੜਾ ਜ ਆਪਣਾ ਜਿਆਦਾ ਸੋਚਾ ਲੱਗਿਆ ਦੀ ਕੀ ਹਰਟਿੰਗ ਹੁੰਦਾ ਥੋੜਾ ਜਿਆ ਕਿਉਂਕਿ ਅਸੀਂ ਇੱਦਾਂ ਦੇ ਹੁੰਦੇ ਨਹੀਂ ਆ ਕਿਸੇ ਨੂੰ ਤਕਲੀਫ ਦੇਣੀ ਕਿਸੇ ਦੇ ਕੰਮ ਨੂੰ ਨੁਕਸਾਨ ਪਹੁੰਚਾਉਣਾ ਆਪਣਾ ਮਤਲਬ ਦੇਖਣਾ ਦੂਸਰੇ ਨੂੰ ਨੁਕਸਾਨ ਇਹ ਕੀ ਚੀਜ਼ਾਂ ਸਟਾਰਟਿੰਗ ਦੇ ਵਿੱਚ ਹਰਟ ਕਰਦੀਆਂ ਨੇ ਹਾਂਜੀ ਹਰਟ ਤੇ ਬਹੁਤ ਕਰਦੀਆਂ ਜੀ ਕੀ ਕਰੀਏ ਹੁਣ ਲਾਈਫ ਆ ਹੁਣ ਤੁਸੀਂ ਇਹ ਕਹੋ ਕਿ ਇਹੀ ਇਹੀ ਹਰਟ ਹੋਣ ਕਰ ਕਰਕੇ ਤਾਂ ਦੀਪ ਪਹਿਲਾਂ ਮਰਿਆ ਹੈ ਹਾਂਜੀ ਇਹੀ ਹਰਟ ਹੋਣ ਦਾ ਕਰ ਕਰਕੇ ਮੈਂ ਕਹਿੰਨਾ ਕਿ ਦੀਪ ਪਹਿਲੇ ਵਾਲਾ ਡੈੱਡ ਤੇ ਹੁਣ ਬੈਕ ਟੂ ਦਾ ਗੇਮ ਹੋਏ ਆ ਨਵੀਂ ਸੋਚ ਨਾਲ ਨਵੀਂ ਕਲਮ ਨਾਲ ਨਵਾਂ ਕੰਟੈਂਟ ਵਿਦ एवरीथिंग ਨਿਊ ਬੜੇ ਸੋਨੇ ਸੋਨੇ ਗੀ ਤੁਸੀਂ ਇੰਡਸਟਰੀ ਨੂੰ ਦਿੱਤੇ ਬੜੇ ਅੱਛੇ ਅੱਛੇ ਆਰਟਿਸਟ ਦੇ ਨਾਲ ਤੁਸੀਂ ਕੰਮ ਕੀਤਾ ਹੈ ਨਾ ਵੈਸਟਰਨ ਪਿੰਡੂ ਦਾ ਕਹਿ ਲੋ ਜਾਂ ਬਾਅਦ ਦੇ ਵਿੱਚ ਵੀ ਸੋ ਕੀ ਮੈਂ ਜਾਣ ਸਕਦੀ ਹਾਂ ਜਾਂ ਦੇਖਣ ਵਾਲੇ ਈਵਰਜ਼ ਜਾਣ ਸਕਦੇ ਕਿ ਜਿਹੜਾ ਦੀਪ ਮਾਰ ਕੇ ਜਾਂਦਾ ਹੋਇਆ ਉਹ ਮਰਿਆ ਵਾਲਾ ਕੀ ਸੀ ਤੇ ਜਿਹੜਾ ਹੁਣ ਐਕਚੁਅਲੀ ਬੈਕ ਆਇਆ ਉਹ ਤੇ ਤੁਸੀਂ ਦੱਸ ਦਿਤਾ ਕਿ ਪ੍ਰੈਕਟੀਕਲ ਹੋ ਗਿਆ ਹੈ ਦੇਖੋ ਜੋ ਜਿਹੜਾ ਦੀਪ ਡੈੱਡ ਹੋਇਆ ਉਹ ਸੀਗਾ ਹਰ ਕਿਸੇ ਦੇ ਬਲਾਈਂਡਲੀ ਟਰਸਟ ਕਰਨ ਵਾਲਾ ਮਿਲ ਆਇਆ ਕਿਸੇ ਨੇ ਕੋਲ ਬਹਿ ਕੇ ਵੀਰਾ ਕਹਤਾ ਭਰਾ ਕਹਤਾ ਤੇ ਆਪਾਂ ਉਹਦੇ ਲਈ ਜਾਣ ਦੇਣ ਤੱਕ ਜਾਣਾ ਹੁਣ ਆਪਾਂ ਨੂੰ ਐ ਆ ਵੀ ਜਿਹੜੇ 10 ਭਰਾ ਸੀਗੇ 10ਾਂ ਜੋ ਛਾਂਟੀ ਵੱਜ ਕੇ ਅੱਜ 4 ਰਹਿ ਗਏ ਅੱਛਾ ਹਾਂ ਅੱਜ ਆਪਾਂ ਨੂੰ ਪਤਾ ਵੀ ਆਪਾਂ ਜਿਨ੍ਹਾਂ ਦੇ ਪਿੱਛੇ ਖੜਨੇ ਆ ਜਿਨ੍ਹਾਂ ਦੇ ਪਿੱਛੇ ਜਾਣ ਦੇਣ ਤੱਕ ਜਾ ਰਹੇ ਆ ਉਹ ਕੱਲ ਨੂੰ ਸਾਡੇ ਪਿੱਛੇ ਖੜਨਗੇ ਆ ਨਹੀਂ ਹਣਾ ਸਾਨੂੰ ਇੱਕ ਆਈ ਲੈਂਸ ਲੱਗ ਜਾਂਦਾ ਆ ਫਿਲਟਰ ਕਰਦੇ ਜਾਂਦੇ ਆ ਫੇਕ ਆ ਫੇਕ ਆ ਰੀਅਲ ਆ ਫੇਕ ਆ ਰੀਅਲ ਆ ਤੇ ਹੁਣ ਲਾਈਫ ਦੇ ਵਿੱਚ ਰੀਅਲ ਰੀਅਲ ਵੰਸ ਰਹਿ ਗਏ ਆ ਫੇਕ ਵਾਲੇ ਛੱਟ ਗਏ ਆ ਤੇ ਦੀਪ ਦਾ ਵੀ ਵਾਪਸੀ ਦਾ ਇਹੀ ਕਾਰਨ ਆ ਹਨਾ ਹੁਣ ਰੀਅਲ ਵੰਸ ਨੂੰ ਲੈ ਕੇ ਨਾਲ ਤੁਰੇ ਹੋਏ ਆ ਤੇ ਫੇਕ ਵੰਸ ਪਿੱਛੇ ਛੱਡ ਤੇ ਫੇਕ ਪਰਸਨੈਲਿਟੀ ਵਾਲੇ ਲੋਕ ਹੂੰ ਸੋ ਮਿਸ ਨਹੀਂ ਕਰਦੇ ਵੈਸਟਰਨ ਪੈਂਡੂ ਇੱਕ ਅੱਛਾ ਬ੍ਰਾਂਡ ਬਣ ਚੁੱਕਿਆ ਸੀ ਹੁਣ ਉਹ ਵੱਖ ਹੋ ਚੁੱਕਿਆ ਮਿਸਟਰ ਪੈਂਡੂ ਵੱਖ ਆਪਣਾ ਰਸਤਾ ਚੁਣ ਚੁੱਕਿਆ ਹਾਂਜੀ ਮਿਸ ਮਿਸ ਕੀ ਕਹਿ ਸਕਦੇ ਹਾਂ ਕਿ ਉਹ ਡੇਸ ਉਹ ਮੈਮਰੀਜ਼ ਹੁੰਦੀਆਂ ਨਾ ਜਿਹੜੀਆਂ ਤੁਸੀਂ ਜ਼ਰੂਰ ਯਾਦ ਕਰਦੇ ਹੋ ਕਿਉਂਕਿ ਲਾਈਕ ਮੇਰੀ ਲਾਈਫ ਚ ਮੰਨ ਲਓ ਮੈਂ ਕਿਸੇ ਬੰਦੇ ਨਾਲ ਗੁੱਸਾ ਤੇ ਮੈਨੂੰ ਗੁੱਸਾ ਹੁੰਦਾ ਮਨ ਚ ਬਟ ਮੈਂ ਜਦੋਂ ਪੁਰਾਣੀ ਮੈਮਰੀ ਸੋਚਦਾ ਨਾ ਸਵੀਟ ਮੈਮਰੀਸ ਆਪਾਂ ਕਹਿ ਲੈਨੇ ਆਂ ਵੀ ਆਪਾਂ ਇਦਾਂ ਇਦਾਂ ਕਰਦੇ ਹੁੰਦੇ ਸੀ ਆਪਾਂ ਆ ਸਟਰਗਲ ਦਾ ਪੀਰੀਅਡ ਇਦਾਂ ਇਦਾਂ ਗੁਜ਼ਾਰਿਆ ਹਨਾ ਤੇ ਉਹ ਕਿਤੇ ਨਾ ਕਿਤੇ ਸਵੀਟ ਮੈਮਰੀਜ਼ ਨੇ ਮਾਈਂਡ ਚ ਬਟ ਆਪਾਂ ਹਣਾ ਦਿਸ ਇਜ਼ ਨਾਟ ਅ ਫੇਰੀ ਟੇਲ ਦਿਸ ਇਜ਼ ਰੀਅਲ ਲਾਈਫ ਅ ਰੀਅਲ ਲਾਈਫ ਅਦਰ ਰੀਅਲ ਲਾਈਫ ਦੇ ਵਿੱਚ ਤੁਹਾਨੂੰ ਸਖਤ ਹੋ ਕੇ ਚੱਲਣਾ ਪੈਂਦਾ ਰਾਈਟ ਜੀ ਸੋ ਹੁਣ ਜਦੋਂ ਇਹ ਗਾਣਾ ਲਿਖਿਆ ਦਿਮਾਗ ਚ ਕੀ ਕੀ ਰੱਖਿਆ ਇਸਕਾ ਦਿਮਾਗ ਚ ਬਹੁਤ ਕੁਝ ਸੀਗਾ ਇਹ ਮੈਂ ਪਹਿਲਾਂ ਗੱਲ ਦੱਸਦਾ ਵੀ ਗਾਣਾ ਅਸੀਂ ਦੋ ਜਾਣੇ ਨੇ ਰਲ ਕੇ ਲਿਖਿਆ ਇੱਕ ਮੁੰਡਾ ਆਪਣਾ ਭਰਾ ਰਣਵੀਰ ਜੀ ਤੇ ਰਣਵੀਰ ਨੇ ਤੇ ਮੈਂ ਗਾਣਾ ਲਿਖਿਆ ਮਤਲਬ ਕਿਤੇ ਨਾ ਕਿਤੇ ਮੇਰੇ ਮਾਈਂਡ 'ਚ ਜੋ ਥਾਟ ਚੱਲ ਰਹੇ ਸੀਗੇ ਕਿ ਬੈਕ ਟੂ ਦਾ ਗੇਮ ਮੇਰਾ ਭੁੱਲੇ ਤਾਂ ਨਹੀਂ ਨੇਮ ਹਮ ਤੇ ਉਹਨੇ ਅੱਗੇ ਇਹ ਕਹਿੰਦਾ ਬਾਈ ਗਾਣਾ ਹੀ ਬਣਾ ਦੋ ਇਹਨੂੰ ਮੈਂ ਕਿਹਾ ਹਾਂ ਗਾਣਾ ਬਣ ਸਕਦਾ ਏਦਾਂ ਏਦਾਂ ਕਰਦੇ ਕੁਝ ਦੋ ਲਾਈਨਾਂ ਮੇਰੀਆਂ ਦੋ ਉਹਦੀਆਂ ਆਪਾਂ ਕਰਦੇ ਕਰਦੇ ਪੂਰਾ ਗਾਣਾ ਮੇਰੇ ਸਾਬ ਨਾਲ 5 ਮਿੰਟਾਂ ਦਾ ਗਾਣਾ ਬਣਾਤਾਗੇ ਅਸੀਂ ਅੱਛਾ ਹਾਂ ਇਸੇ ਸਟੂਡੀਓ 'ਚ ਬੈਠ ਕੇ 5 ਮਿੰਟਾਂ 'ਚ ਜਿੱਦਾਂ ਬੀਟ ਚੱਲੀ ਬੀਟ ਦੇ ਨਾਲ-ਨਾਲ ਰਾਈਮਿੰਗ ਹੁੰਦੀ ਰਹੀ ਦੋ ਲਾਈਨਾਂ ਮੇਰੀਆਂ ਦੋ ਉਹਦੀਆਂ ਇੱਕ ਨਾਲ ਇੱਕ ਬਰਾਬਰ ਦੀ ਟੈਗ ਟੀਮ ਵਿੱਚ ਗੁਬਾਰ ਇੰਨਾ ਭਰਿਆ ਹੋਇਆ ਸੀ ਅਦਾ ਕਹਿ ਲਈਏ ਦਿਲ 'ਚ ਬਹੁਤ ਜ਼ਿਆਦਾ ਗੁਬਾਰ ਬਹੁਤ ਜ਼ਿਆਦਾ ਸੱਚ ਨਿਕਲਦਾ ਗਿਆ ਤੇ ਗਾਣਾ ਬਣ ਗਿਆ ਹਾਂ ਗਾਣਾ ਬਣ ਗਿਆ ਦਿਸ ਇਜ਼ ਟੋਟਲ ਰਿਐਲਿਟੀ ਮੈਂ ਕੋਈ ਚੀਜ਼ ਨਾ ਫੇਕ ਨਹੀਂ ਰੱਖਣੀ ਚਾਹੁੰਨਾ ਵੀ ਜੇ ਮੈਂ ਮਾੜਾ ਤੇ ਜੇ ਹਨਾ ਮੇਰੇ 'ਚ ਕੋਈ ਮਾੜਾ ਐਬ ਆ ਮੈਂ ਉਹ ਵੀ ਗਾਣੇ 'ਚ ਲਿਖ ਕੇ ਦੱਸੂਗਾ ਵੀ ਮੈਂ ਮਾੜਾ ਕਿਹੜੇ ਕਿਹੜੇ ਐਬ ਨੇ ਨਹੀਂ ਐਬ ਤਾਂ ਚਲੋ ਬਹੁਤ ਹੁੰਦੇ ਬੰਦੇ ਦੇ ਵਿੱਚ ਬਹੁਤ ਹੁੰਦੇ ਆ ਵੀ ਮੈਂ ਕਿਸੇ ਨੂੰ ਧੋਖਾ ਨਹੀਂ ਦੇਦਾ ਸਾਰਾ ਸਭ ਤੋਂ ਪਹਿਲਾਂ ਵੀ ਮੈਂ ਹਨਾ ਟਰਸਟ ਜੇ ਕਰਦਾ ਤੇ ਲੋਕਾਂ ਦੇ ਲਈ ٹرسٹ ਵਰਦੀਆਂ ਤਾਂ ਹੀ ਅੱਜ ਸ਼ਾਇਦ ਮੇਰੇ ਨਾਲ ਲੋਕ ਹਨਾ ਬਿਨਾ ਪੈਸਾ ਪੈਸਾ ਆਪਣੇ ਕੋਲ ਜ਼ਿਆਦਾ ਨਹੀਂ ਮੈਂ ਐਵੇਂ ਕਹਾਂ ਤੇ ਆਪਣੇ ਨਾਲ ਬਹੁਤ ਲੋਕ ਖੜੇ ਆਪਣੇ ਬਹੁ ਭਰਾ ਖੜੇ ਉਹ ਇਸੇ ਕਰਕੇ ਵੀ ਆਪਾਂ ਸਟੈਂਡ ਲੈਨੇ ਆ ਜੀ ਆਪਣੇ ਜਨਾ ٹرسٹ ਵਾਲੀ ਕੁਆਲਿਟੀ ਹੈਗੀ ਆ ਤੇ ਐਪ ਜਿਹੜੇ ਆ ਐਪ ਕਹਿ ਲਓ ਜਾਂ ਥੋੜੇ ਜੇ ਸ਼ਕੀਨ ਮਜ਼ਾਜ ਆ ਹਨਾ ਅੱਜ ਦੇ ਟਾਈਮ ਯੂថា ਯੰਗ ਜਵਾਨੀ ਦੇ ਪੀਕ ਦੇ ਉੱਤੇ ਆ ਸਾਰੇ ਕੁਝ ਨਾ ਕੋਈ ਐਪ ਹੁੰਦੇ ਸਾਰਿਆਂ ਚਲੋ ਐਪ ਛੱਡੋ ਇਹ ਐਪ ਇੱਕ ਪਾਸੇ ਕਰ ਦੋ ਹੈਨਾ ਸ਼ੌਕ ਸ਼ੌਕ ਦੱਸੋ ਸ਼ੌਂਕ ਕੀ ਹੈ ਲਿਖਣਾ ਸ਼ੁਰੂ ਕੀਤਾ ਹੈ ਹੁਣੇ ਤੁਸੀਂ ਮਿਊਜ਼ਿਕ ਤਾਂ ਤੁਸੀਂ ਸੁਣਾ ਬਣਾ ਹੀ ਰਹੇ ਹੋ ਸ਼ੁਰੂ ਤੋਂ ਲੋਕੀ ਪਿਆਰ ਕਰਦੇ ਨੇ ਤੁਹਾਨੂੰ ਸ਼ੌਕ ਮੀਨ ਮੇਰਾ ਜਿਹੜਾ ਸਭ ਤੋਂ ਵੱਡਾ ਸਭ ਤੋਂ ਪਹਿਲਾ ਸ਼ੌਕ ਹੈਰਾ ਮੈਂ ਲਾਈਕ ਗੱਡੀਆਂ ਕੋਠੀਆਂ ਕਰਾਂ ਸਾਰਿਆਂ ਨੂੰ ਸ਼ੌਕ ਹੁੰਦੇ ਆ ਮੇਰਾ ਸ਼ੌਕ ਆ ਮੇਰੇ ਮਾਪੇ ਨੂੰ ਹੱਸਦਾ ਦੇਖਣਾ ਜੀ ਮੈਂ ਸੋਹਣਾ ਸ਼ੌਕ ਹੈ ਹਾਂ ਇਹ ਇਹ ਮੇਰਾ ਸਭ ਤੋਂ ਪਹਿਲਾ ਸ਼ੌਕ ਆ ਜਿਹੜਾ ਮੈਂ ਐਵੇਂ ਮਤਲਬ ਹੈਨਾ ਇੱਕ ਗੁੱਡ ਇਮੇਜ ਬਣਾਉਣੀ ਨਹੀਂ ਮੈਂ ਕਹਿ ਰਿਹਾ ਤੇ ਮੇਰੇ ਮਤਲਬ ਘਰ ਦੇ ਮੇਰੇ ਮਾਪੇ ਜਾਣਦੇ ਆ ਕਿ ਮੈਂ ਇੱਕ ਇੱਕ ਰੂਮ ਚ ਰਹਿ ਕੇ ਵੀ ਖੁਸ਼ ਆ ਪਰ ਮੈਨੂੰ ਐ ਹੁੰਦਾ ਕਿ ਮੇਰੇ ਮਾਪੇ ਨੂੰ ਵਧੀਆ ਬੰਗਲਾ ਪਾ ਕੇ ਦੇਵਾਂ ਤੇ ਗੱਡੀ ਦਾ ਜਰੂਰ ਸ਼ੌਂਕ ਆ ਮੈਨੂੰ ਵਧੀਆ ਗੱਡੀ ਚਲਾਉਣ ਦਾ ਸ਼ੌਂਕ ਆ ਤੇ ਆਪਣੇ ਬਾਪੂ ਨੂੰ ਵੀ ਵਧੀਆ ਗੱਡੀ ਲੈ ਕੇ ਦੇਣ ਨੂੰ राइट सो आई विश की बहुत जल्दी बहुत जल्दी पूरा होवे ਤੁਹਾਡਾ ਸੁਪਨਾ اچھا ਜਦੋਂ ਡਾਊਨਫਾਲ ਆਂਦਾ ਸਾਡੇ ਪੇਰੈਂਟਸ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਦਿਲ ਛੱਡ ਬੰਦੇ ਨੇ ਵੀ ਹੈਨਾ ਟਾਈਮ ਵੇਸਟ ਹੋ ਗਿਆ ਇਨੇ ਸਾਲ ਲਾਤੇ ਤੁਹਾਡਾ ਇੱਕ ਅੱਛਾ ਖਾਸਾ ਜਰਨੀ ਹੈ ਕਈ ਤੁਸੀਂ 2011 12 ਤੋਂ ਸ਼ੁਰੂਆਤ ਕੀਤੀ ਹੋਈ ਹੈ ਉਸ ਤੋਂ ਬਾਅਦ ਨੇ ਹਟੇ ਦਿੱਤੇ ਫਿਰ ਇੱਕੋ ਦਮ ਡਾਊਨਫਾਲ ਕਹਿ ਲਈਏ ਜਾਂ ਕਹਿ ਲੋ ਵੀ ਸਟੋਪੇਜ ਆ ਗਿਆ ਇੱਕ ਹੈ ਨਾ ਹਰਡਲ ਆਬਸਟੈਕਲ ਆ ਗਿਆ ਪੈਰੈਂਟਸ ਤੋਂ ਉਸ ਟਾਈਮ ਤੇ ਇਹ ਰਿਐਕਸ਼ਨ ਨਿਕਲਿਆ ਕਿਤੇ ਨਾ ਕਿਤੇ ਵੀ ਛੱਡ ਵੀ ਪੁੱਤ ਦੀਪ ਬਾਹਰ ਚੱਲ ਜਾਏ ਕੋਈ ਕੰਮ ਦੇਖ ਲੈਣੇ ਆ ਪਤਾ ਨਹੀਂ ਮੇਰੇ ਸਾਹਮਣੇ ਉਹਨਾਂ ਨੇ ਕਦੀ ਇਹ ਚੀਜ਼ ਸ਼ੋਅ ਨਹੀਂ ਕੀਤੀ ਅੱਛਾ ਹਾਂ ਮੇਰੇ ਮਾ ਮਾਪ ਮਤਲਬ ਇੰਨੇ ਸਟਰੋਂਗ ਨੇ ਉਹ ਮੇਰੇ ਮੈਨੂੰ ਲੈ ਕੇ ਟੈਂਸਡ ਹੋਣਗੇ ਡਰਦੇ ਹੋਣਗੇ ਪਰ ਉਹਨਾਂ ਨੇ ਮੈਨੂੰ ਇਹ ਚੀਜ਼ ਸ਼ੋਅ ਨਹੀਂ ਕੀਤੀ ਕਦੀ ਜਦੋਂ ਮੈਂ ਕਿਤੇ ਢੇਰੀ ਟਾਉਣੀ ਆ ਬੈਠਣਾ ਉਹਨਾਂ ਕਹਣਾ ਲੈ ਫਿਰ ਕੀ ਹੋਇਆ ਹੂੰ ਮਾਰ ਥੋੜੀ ਗਿਆ ਚੱਕਦਾ ਹੈ ਚੱਕਦਾ ਮੇਰੇ ਤੋਂ ਪਿੱਛੇ ਉਹ ਡਰਦੇ ਆ ਮਝਾ ਲਾ ਲਿਓ ਨਾ ਮੇਰੇ ਤੋਂ ਪਿੱਛੇ ਉਹ ਕਿਤੇ ਨਾ ਕਿਤੇ ਡਰਦੇ ਆ ਵੀ ਮੁੰਡਾ ਸਾਡਾ ਸਹੀ ਜਾ ਰਿਹਾ ਪਰ ਮੇਰੇ ਸਾਹਮਣੇ ਉਹ ਕਹਿੰਦੇ ਕੋਈ ਨਾ ਫਿਰ ਕੀ ਹੋਇਆ ਮੈਨੂੰ ਉਹਨਾਂ ਤੋਂ ਮੋਟੀਵੇਸ਼ਨ ਮਿਲਦੀ ਬਹੁਤ ਓਕੇ ਸੋ ਵੈਸਟਰਨ ਪਿੰਡੂ ਦਾ ਜਿਹੜਾ 뮤직 ਸੀ ਜੋ ਹੁੱਕ ਲਾਈਨ ਬੇਸਿਕਲੀ ਜੋ ਇੱਕ ਉਹਦੀ ਬੀਟ ਸੈੱਟ ਕੀਤੀ ਗਈ ਸੀ ਉਹ ਤਾਂ ਚਲੋ ਇੱਕ ਪਾਰਟ ਰਹਿ ਗਿਆ ਮੈਮਰੀ ਰਹਿ ਗਈ ਮਿਸਟਰ ਪਿੰਡੂ ਉਸ ਤੋਂ ਬਾਅਦ ਜਿਹੜਾ ਇਹ ਕਿਸ ਤਰ੍ਹਾਂ ਤੁਸੀਂ ਕ੍ਰੀਏਟ ਕੀਤੀ ਹੈ ਚੀਜ਼ ਆਈ ਰੀਲੀ ਵਾਂਟ ਟੂ ਨੋ ਦੈਟ ਏ ਲਾਈਕਿ ਜਦੋਂ ਵੈਸਟਰਨ ਪੈਨਡੂ ਆਪਾਂ ਨੇ ਸੋਚ ਲਿਆ ਕਿ ਆਪਾਂ ਨੇ ਹੁਣ ਅੱਡ ਹੋਣਾ ਹੈ ਨਾ ਬੇਸਿਕਲੀ ਮੇਰਾ ਥਾਟ ਸੀ ਵੀ ਹੁਣ ਆਪਣੀ ਕੈਮਿਸਟਰੀ ਨਹੀਂ ਮਿਲ ਰਹੀ ਆਪਾਂ ਅਲੱਗ ਹੋ ਕੇ ਕੰਮ ਕਰਦੇ ਆਂ ਜੀ ਤੇ ਵੈਸਟਰਨ ਪੈਨਡੂ ਤੋਂ ਮੈਨੂੰ ਬਹੁਤ ਲੋਕਾਂ ਨੇ ਸਲਾਹ ਦਿੱਤੀ ਕੀ ਨਾਮ ਰੱਖੋਗੇ ਤੇ ਕੁਝ ਥਰਡ ਪਾਰਟੀ ਲੋਕ ਵੀ ਆਏ ਜਦੋਂ ਅਸੀਂ ਵੈਸਟਰਨ ਪੈਨਡੂ ਨੂੰ ਡਿਸਪੋਜ਼ ਕੀਤਾ ਥਰਡ ਪਾਰਟੀ ਲੋਕਾਂ ਨੇ ਹਨਾ ਨਵਾਂ ਇੱਕ ਵੈਸਟਰਨ ਪੈਨਡੂ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵਾਲੇ ਜੀ ਜ਼ੈਡ ਲੱਗਦਾ ਸੀ ਉਹਨਾਂ ਨੇ ਤਿੰਨ ਯੂ ਵਧਾ ਕੇ ਲਗਾਉਣ ਦੀ ਕੋਸ਼ਿਸ਼ ਕੀਤੀ ਚਲੋ ਸਭ ਦੀ ਆਪਣੀ ਆਪਣੀ ਸੋਚ ਤੇ ਮੇਰਾ ਮਿਸਟਰ ਪੇਡੂ ਬਣਾਉਂਦਾ ਇਹ ਕਾਰਨ ਆ ਕਿ ਕਿਤੇ ਨਾ ਕਿਤੇ ਉਹਦੇ ਨਾਲ ਮਿਲਦੀ ਜੁਲਦੀ ਟਿਊਨ ਹੈ ਨਾ ਮੈਂ ਜਿਸ ਲੀਗ ਨੂੰ ਟਿਊਨ ਨੂੰ ਲੈ ਕੇ ਚੱਲਿਆ ਸੀਗਾ 뮤జిక్ ਦੇ ਵਿੱਚ ਜੀ ਉਹਦੇ ਨਾਲ ਰਲਦੀ ਮਿਲਦੀ ਜੀ ਚੀਜ਼ ਲੈ ਕੇ ਆਉਂਦਾ ਬਟ ਤੁਸੀਂ ਜਿਦਾ ਕਿਹਾ ਥਰਡ ਪਾਰਟੀ ਵਾਲੀ ਗੱਲ ਹੈ ਨਾ ਤੇ ਇਹ ਕਿਤੇ ਨਾ ਕਿਤੇ ਤੁਹਾਡੇ ਲਈ ਇਫੈਕਟ ਨਹੀਂ ਕੀਤਾ ਇਹ ਚੀਜ਼ ਤੁਹਾਨੂੰ ਮਤਲਬ ਕਿਉਂਕਿ ਫੇਕ ਚੀਜ਼ ਜਦੋਂ ਵੀ ਕੋਈ ਕ੍ਰੀਏਟ ਹੁੰਦੀ ਹੈ ਜਾਂ ਕਹਿ ਲਓ ਵੀ ਕਾਪੀ ਕੀਤੀ ਜਾਂਦੀ ਹੈ ਤੇ ਫਿਰ ਜਿਹੜਾ ਐਕਚੁਅਲ ਆਰਟਿਸਟ ਜਾਂ ਕੰਪਨੀ ਹੁੰਦੀ ਹੈ ਉਹਨਾਂ ਨੂੰ ਨੈਗੇਟਿਵ ਵਿੱਚ ਇਫੈਕਟ ਹੁੰਦਾ ਹਾਂਜੀ ਨੈਗੇਟਿਵ ਵਿੱਚ ਇਫੈਕਟ ਤੇ ਹੁੰਦਾ ਕਿਉਂਕਿ ਬਟ ਫਿਰ ਵੀ ਦੇਖੋ ਫੇਕ ਫੇਕ ਹੀ ਹੈ ਹਮ ਨਕਲੀ ਨਕਲੀ ਹੁੰਦਾ ਤੇ ਅਸਲੀ ਅਸਲੀ ਹੁੰਦਾ ਤੁਸੀਂ ਕਿਵੇਂ ਕੈਰੀ ਕੀਤਾ ਇਸ ਚੀਜ਼ ਨੂੰ ਮੈਂ ਕੈਰੀ ਲਾਈਕ ਕਲੈਰੀਫਿਕੇਸ਼ਨਸ ਬਹੁਤ ਦੇਣੀਆਂ ਪਈਆਂ ਮੈਂ ਹਾਂ ਦੇਣੀਆਂ ਪਈਆਂ ਲੋਕਾਂ ਨੂੰ ਦੱਸਣਾ ਪਿਆ ਕਿ ਬਈ ਵੈਸਟਰਨ ਪੈਂਡੂ ਸਾਡਾ ਨਹੀਂ ਉਹ ਅਸੀਂ ਨਹੀਂ ਚਲਾ ਰਹੇ ਤੁਸੀਂ ਪਲੀਜ਼ ਆਪਣੀ ਮਨੀ ਨਾ ਸਪੋਇਲ ਕਰਿਓ ਕਈ ਲੋਕਾਂ ਦੇ ਨੁਕਸਾਨ ਵੀ ਹੋਏ ਉਹਨਾਂ ਨੂੰ ਉਹ ਬਰਾਬਰ ਦੀ ਕੁਆਲਿਟੀ ਨਹੀਂ ਮਿਲੀ ਉਹ ਜਦੋਂ ਗਏ ਹਨਾ ਵੈਸਟਰਨ ਪੈਂਡੂ ਸਮਝ ਕੇ ਕਈ ਲੋਕਾਂ ਨੇ ਤੇ ਸਮਝ ਲਿਆ ਕਈ ਲੋਕਾਂ ਨੂੰ ਨਹੀਂ ਪਤਾ ਲੱਗਾ ਜੀ ਤੇ ਚਲੋ ਥੋੜੀਆਂ ਬਹੁਤ ਪਰੇਸ਼ਾਨੀਆਂ ਤੇ ਆਈਆਂ ਜੀ ਬਾਬਾ ਮਿਹਰ ਕਰੇ ਬਾਕੀ ਸਹੀ ਚੱਲ ਰਿਹਾ ਆਪਣਾ अच्छा दीप मेनू एक गल दसो क्योंकि ਤੁਹਾਡਾ ਨਾਮ ਵੀ ਦੀਪ ਹੈ ਹੈਨਾ ਤੁਸੀਂ ਆਪਣੇ 뮤직 ਦੇ ਨਾਲ ਸਾਰਿਆਂ ਨੂੰ ਇੰਨਾ ਲਾਈਟਨਿੰਗ ਅਪ ਵੀ ਕੀਤਾ ਹੈ ਸਾਰਿਆਂ ਦੇ ਗਾਣਿਆਂ ਨੂੰ ਇੰਨਾ ਜ਼ਿਆਦਾ ਅੱਛਾ ਲਾਈਟ ਦਿੱਤੀ ਹੈ ਕਿਹੜੇ ਕਿਹੜੇ ਆਰਟਿਸਟ ਜਿਹੜੇ ਹੈਗੇ ਨੇ ਇਸ ਟਾਈਮ ਇੰਡਸਟਰੀ ਦੇ ਨਾਮੀ ਜੇਕਰ ਗੱਲ ਕਰੀਏ ਜਿਹਨਾਂ ਦਾ ਅੱਗੋ ਫੋਨ ਆਇਆ ਹੋਵੇ ਕਿ ਦੀਪ ਅਸੀਂ ਤੇਰੇ ਨਾਲ ਕੰਮ ਕਰਨਾ ਡੀ ਕਹਿੰਦੇ ਨੇ ਨਾ ਤੁਹਾਨੂੰ ਅੱਡੀ ਅੱਡੀ ਅਸੀਂ ਤੁਹਾਡੇ ਨਾਲ ਕੰਮ ਕਰਨਾ ਹੈ ਤੇ ਤੁਹਾਨੂੰ ਸੱਚੀ ਲੱਗਿਆ ਹੈ ਕਿ ਇਹ ਮੇਰੀ ਅਚੀਵਮੈਂਟ ਹੈ ਦੇਖੋ ਜਦੋਂ ਅਸੀਂ ਵੈਸਟਰਨ ਪਿੰਡੂ ਸੀਗੇ ਨਾ ਰਾਈਜ਼ ਕਰ ਰਹੇ ਸੀਗੇ ਜਦੋਂ ਰਾਈਜ਼ ਕਰਨ ਦੇ ਹੀ ਤੇ ਉਹ ਸਾਰੇ ਆਰਟਿਸਟਾਂ ਨੇ ਜ਼ਿਆਦਾਤਰ ਖੁਦ ਹੀ ਅਪਰੋਚ ਕੀਤਾ ਜੀ ਇਹ ਇਹ ਮੈਂ ਮਤਲਬ ਦੱਸਣਾ ਜਾਊਂਗਾ ਜ਼ਰੂਰ ਮੈਨੂੰ ਕੋਈ ਪੁੱਛਦੇ ਆ ਵੀ ਉਹ ਆਰਟਿਸਟ ਨੂੰ ਕਿਵੇਂ ਮਿਲੇ ਉਹ ਆਰਟਿਸਟ ਨੂੰ ਕਿਵੇਂ ਮਿਲੇ ਜ਼ਿਆਦਾਤਰ ਸਾਰੇ ਆਰਟਿਸਟਾਂ ਨੇ ਖੁਦ ਹੀ ਅਪਰੋਚ ਕੀਤੀ ਓਕੇ ਤੇ ਮੇਨ ਜਿਹੜੀ ਗੱਲ ਆ ਅੱਜ ਅੱਜ ਵੀ ਬਹੁਤ ਆਰਟਿਸਟਾਂ ਨਾਲ ਐਜ਼ ਅ 뮤직 ਡਾਇਰੈਕਟਰ ਕੰਮ ਕਰ ਰਹੇ ਆ ਬਟ ਜਦੋਂ ਤੁਸੀਂ ਆਪਣੀ ਦੁਕਾਨ ਚ ਲਾਉਣ ਦੀ ਕੋਸ਼ਿਸ਼ ਕਰਦੇ ਹੋ ਨਾ ਆਪ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਹੋ ਕਿ ਬਹੁਤ ਕੁਰਸੀ ਤੇ ਬਹਿ ਕੇ ਆਪਾਂ ਹਨਾ ਗਾਣੇ ਬਣਾ ਲੈ ਹੁਣ ਚਲੋ ਕੁਝ ਆਪਣੇ ਬਣਾਉਨੇ ਆ ਜੀ ਹਨਾ ਉਦੋਂ ਜਦੋਂ ਤੁਹਾਡੇ ਤੋਂ ਬੈਕਸਟੈਪ ਕਰਦੇ ਤੁਸੀਂ ਲੋਕਾਂ ਨੂੰ ਦੇਖਦੇ ਹੋ ਨਾ ਚੀਜ਼ ਉਹ ਬੜੀ ਹਰਟ ਹੁੰਦੀ ਹੈ ਨਹੀਂ ਜਿਨ੍ਹਾਂ ਦੇ ਗਾਣੇ ਤੁਸੀਂ ਬਣਾਏ ਹਿੱਟ ਹੋ ਗਏ ਉਹਨਾਂ ਨੇ ਵੀ ਤੁਹਾਨੂੰ ਅਪਰੀਸ਼ੀਏਟ ਕੀਤਾ ਹੋਣਾ ਵੀ ਬਾਈ ਆਪਣਾ ਗਾਣਾ ਬੜਾ ਚੱਲ ਗਿਆ ਸਵਾਦ ਆ ਗਿਆ ਹੈ ਨਾ 뮤ਜ਼ਿਕ ਬੜਾ ਘੈਂਟ ਹੋਇਆ ਤੇ ਬੜਿਆਂ ਨੇ ਕਿਹਾ ਹੋਣਾ ਵੀ ਤੁਸੀਂ ਉਹ ਗਾਣਾ ਕੀਤਾ ਸੀ ਤੇ ਕੀ ਅੱਜ ਜਦੋਂ ਤੁਸੀਂ ਗਾਣਾ ਸ਼ੁਰੂ ਕੀਤਾ ਉਹਨਾਂ ਦਾ ਸਾਥ ਹੈ ਮ ਦੇਖਿਆ ਜਾਵੇ ਕਮਾਂ ਤੇ ਬਹੁਤ ਘੱਟ ਲੋਕਾਂ ਦਾ ਹੈ ਬਹੁਤ ਘੱਟ ਲੋਕਾਂ ਦਾ ਨਹੀਂ ਹੈ ਕਿਉਂਕਿ ਦਿਲੋਂ ਕੋਈ ਨਹੀਂ ਜ਼ਿਆਦਾ ਚਾਹੁੰਦਾ ਹੁੰਦਾ ਆਪਾਂ ਮੈਂ ਕੋਈ ਬਹੁਤ ਘੈਂਟ ਸਿੰਗਰ ਤੇ ਹੈ ਨਹੀਂ ਮੈਂ ਕੋਈ ਬਹੁਤ ਘੈਂਟ ਆਰਟਿਸਟ ਨਹੀਂ ਬਟ ਜਿੰਨੇ ਵੀ ਯੋਗੇ ਵੀ ਆ ਮੇਰੇ ਸਾਹਮਣੇ ਮੈਂ ਦਿਲ ਦੇ ਵਿੱਚ ਕਦੀ ਕਿਸੇ ਲਈ ਮੈਲ ਨਹੀਂ ਰੱਖੀ ਜੇ ਮੇਰਾ ਕੋਈ ਬੰਦਾ ਜਿਹਦੇ ਸਿਰ ਤੋਂ ਮੈਂ ਚੱਲਿਆ ਉਹ ਅੱਗੇ ਆਉਣਾ ਚਾਹੂਗਾ ਮੈਂ ਪੂਰੀ ਫੁੱਲ ਸਪੋਰਟ ਕਰੂੰਗਾ ਪਰ ਦੇਖੋ ਕਈ ਲੋਕਾਂ ਦੀ ਨਹੀਂ ਇਦਾਂ ਦੀ ਮੈਂਟੈਲਿਟੀ ਹੁੰਦੀ ਹਰ ਕੋਈ ਸੁੱਧੂ ਮੂਸੇ ਵਾਲਾ ਥੋੜੀ ਜੀ ਮੈਂ ਸੱਚ ਦੱਸ ਦਵਾਂ ਕਿ ਉਹਨਾਂ ਨੇ ਵੀ ਇਹਨਾਂ ਨੂੰ ਕਾਲ ਕੀਤੀ ਤੇ ਇਹਨਾਂ ਨੂੰ ਲੱਗਿਆ ਵੀ ਕੋਈ ਔ ਹੀ ਆਈਡੀ ਬਣਾ ਕੇ ਤੇ ਖਰੇ ਮਖੌਲ ਹੀ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਚੈੱਕ ਕੀਤਾ ਕਿ ਉਹਨਾਂ ਦੀ ਖੁਦ ਦੀ ਉਹ ਆਈਡੀ ਸੀਗੀ ਆਫੀਸ਼ੀਅਲ ਐਂਡ ਉਸ ਤੋਂ ਬਾਅਦ ਮੈਂ ਚਾਹਾਂਗੀ ਕਿ ਤੁਸੀਂ ਆਪ ਦੱਸੋ ਇਹਦਾ ਆਪਣਾ ਨਾ ਸਿੱਧੂ ਉਹ ਵਾਲਾ ਗਾਣਾ ਬਹੁਤ ਸੁਣਦਾ ਹੁੰਦਾ ਸੀ ਸਾਡਾ ਸੀ ਨਾ ਇੱਕ ਆਪਣੇ ਭਰਾ ਦਾ ਗਾਣਾ ਕੀਤਾ ਸੀ ਲਵ ਬਰਾਡ ਉਹਦਾ ਗਾਣਾ ਸੀ 25 ਪਿੰਡ 26 ਥਾਣੇ ਹਿੱਲ ਜਾਂਦੇ ਜਿੱਥੇ ਤੇਰਾ ਯਾਰ ਨਹੀਂ ਕਰਾਉਂਦਾ ਖੜ ਕੇ ਸਿੱਧੂ ਬਹੁਤ ਸਟੋਰੀ ਕਾਉਂਦਾ ਸੀ ਜੀ ਤੇ ਸਿੱਧੂ ਇੱਕ ਦਿਨ ਨਾ ਜੀਟੀਏ ਛੇੜ ਰਿਆ ਸੀ ਜੀਟੀਏ ਤੇ ਉਹ ਜੀਟੀਏ ਦਾ ਬਹੁਤ ਸ਼ਕੀਨ ਸੀ ਉਦੋਂ ਉਹਦਾ ਸੋਹਾਈ ਗਾਣਾ ਆਇਆ ਸੀਗਾ ਤੇ ਉਹਦੇ ਰੀਸੈਂਟਲੀ ਗਾਣੇ ਹਿੱਟ ਹੋ ਰਹੇ ਸੀ ਕੈਨੇਡਾ ਸੀਗਾ ਉਹ ਤੇ ਉਹਦਾ ਕਾਲ ਆਇਆ ਇੰਸਟਾਗ੍ਰam ਤੋਂ ਵੀਡੀਓ ਕਾਲ ਸਿੱਧੀ ਅੱਛਾ ਤੇ ਸਾਡੇ ਪੇਜ ਦੇ ਉੱਤੇ ਮੈਂ ਦੇਖਿਆ ਸਿੱਧੂ ਮੂਸੇਵਾਲਾ ਮੈਂ ਕਿਹਾ ਪਤਾ ਨਹੀਂ ਕੋਈ ਜਾਲੀ ਨਾ ਹੋਵੇ ਹਨਾ ਜਿੱਦਾਂ ਪਿੰਡ ਤੋਂ ਸੱਜੇ ਉਹ ਬਣ ਗਿਆ ਜਾਲੀ ਜਿੱਦਾਂ ਵੈਸਟਰਨ ਪਿੰਡ ਤੋਂ ਜਾਲੀ ਬਣ ਗਿਆ ਉਵੇਂ ਜਦੋਂ ਖੋਲਿਆ ਅੱਗੇ ਬੈਠਾ ਹੈੱਡਫੋਨ ਲਾ ਕੇ ਜੀਟੀਏ ਖੇਡਣ ਡਿਆ ਤੇ ਕਹਿੰਦਾ ਡਾਰਲਿੰਗ ਤੁਹਾਡੇ ਗਾਣੇ ਬਹੁਤ ਵਧੀਆ ਹੁੰਦੇ ਮੈਂ ਕਿਹਾ ਬਈ ਪਹਿਲਾਂ ਤੇ ਤੂੰ ਦਾ ਸਾਡੇ ਗਾਣੇ ਕਦੋਂ ਸੁਨੇ ਮੈਂ ਕਿਹਾ ਅਹੀਂ ਤੇਰੇ ਸੁਣਨ ਲੈਂ ਹਾਂ ਤੇ ਉਹ ਕਹਿੰਦਾ ਨਹੀਂ ਨਹੀਂ ਡਾਰਲਿੰਗ ਮੈਂ 뮤직 ਬਹੁਤ ਹੁੰਦਾ ਉਹਨੇ ਬਹੁਤ ਸਟੋਰੀਆਂ ਪਾਈਆਂ ਪਰਚੀ ਪਿੰਡ ਗਾਣੇ ਦੀ ਤੇ ਬਿਗ ਬਰਡ ਦੇ ਵੀ ਬਹੁਤ ਸੁਣਦਾ ਹੁੰਦਾ ਸੀ ਗਾਰੇ ਅੱਛਾ ਜੀ ਹਾਂ ਇੱਕ ਵਾਰ ਜਿੱਦਾਂ ਨਾ ਬਿਗ ਬਰਡ ਨਾਲ ਵੀ ਮੇਲ ਹੋਇਆ ਸਾਡਾ ਅੱਛਾ ਉਹ ਵੀ ਕਹਿੰਦਾ ਕਹਿੰਦਾ ਬਈ ਤੁਹਾਡਾ 25 ਮਿੰਟ ਬਹੁਤ ਸੁਣਾ ਹੈ ਹੂੰ ਤੇ ਇਦਾਂ ਹੀ ਸਿੱਧੂ ਨਾਲ ਫੇਰ ਗਾਣਾ ਕੀਤਾ ਸੀ ਅਸੀਂ ਜਦੋਂ ਇੰਡੀਆ ਆਇਆ ਟਰੱਕ ਹੂੰ ਟਰੱਕ ਗਾਣਾ ਕੀਤਾ ਸੀਗਾ ਇੱਕ ਗਾਣਾ ਅਸੀਂ ਟ੍ਰੈਂਡ ਵੀ ਪਹਿਲਾਂ ਅਸੀਂ ਬਣਾਇਆ ਏ ਟਰੈਂਡ ਗਾਣਾ ਜੀ ਹਾਂ ਸਨੇਪੀ ਨੇ ਬਾਅਦ ਚ ਬਣਾਇਆ ਅੱਛਾ ਚਲੋ ਉਹਦੇ ਵਿੱਚ ਕਈ ਚੀਜ਼ਾਂ ਹੋ ਜਾਂਦੀਆਂ ਹਨਾ ਜੀ ਜੀ ਤੇ ਮਤਲਬ ਚਲੋ ਟਰੱਕ ਗਾਣਾ ਲੀਗ ਹੋ ਗਿਆ ਸੀ ਹਾਂ 2020 ਚ ਉਹ ਲੀਕ ਹੋ ਕੇ ਵੀ 6-7 ਮਿਲੀਅਨ ਤੁਰਿਆ ਫਿਰਦਾ YouTube ਨਹੀਂ ਮੈਂ ਇੱਕ ਗੱਲ ਪੁੱਛਣੀ ਐ ਵੀ ਤੁਸੀਂ ਕਹਿੰਨੇ ਹੋ ਵੀ ਤੁਸੀਂ ਉਹਨਾਂ ਦੇ ਗਾਣੇ ਕੀਤੇ ਹੈਨਾ ਬੜਿਆਂ ਨੇ ਉਹਨਾਂ ਦੇ ਗਾਣੇ ਨਹੀਂ ਵੀ ਕੀਤੇ ਫਿਰ ਵੀ ਅਸੀਂ ਦੇਖਦੇ ਹਾਂ ਕਿ ਜੋ ਵੀ ਇੰਨਾ ਵਾਰਦਾਤ ਜਿਹੜੀ ਹੋਈ ਐ ਜੋ ਇੱਕ ਬਿਗੇਸਟ ਲਾਸ ਸਾਨੂੰ ਹੋਇਆ ਤੇ ਬੜਿਆਂ ਜਣਿਆਂ ਨੇ ਉਹਨਾਂ ਦੇ ਗਾਣੇ ਲੀਕ ਕਰਕੇ ਇੰਨਾ ਬੈਨੀਫਿਟ ਜਿਹੜਾ ਹੈ ਉਹ ਲੈਣ ਦੀ ਕੋਸ਼ਿਸ਼ ਕੀਤੀ ਆ ਭਾਵੇਂ ਉਹ ਸੋਸ਼ਲ ਮੀਡੀਆ ਪਲੈਟਫਾਰਮ ਤੇ ਹੋਵੇ ਜਾਂ ਨੇਮ ਦੇ ਨਾਮ ਤੇ ਹੋਵੇ ਤੇ ਤੁਸੀਂ ਨਾ ਉਹਨਾਂ ਦੇ ਜਿਉਂਦੇ ਜੀ ਗਾਣਾ ਪਾਇਆ ਤੇ ਨਾ ਉਹਨਾਂ ਦੇ ਜਾਣ ਪਿੱਛੋਂ ਮਤਲਬ ਨਹੀਂ ਅਸੀਂ ਫੇਰ ਭਾਉ ਹੁੰਨੇ ਆ ਨਾ ਐ ਕਿ ਇਹਦੇ ਮਰੇ ਦਾ ਫਾਇਦਾ ਨਹੀਂ ਚੁੱਕਦੇ ਨਾ ਅਸੀਂ ਕਿਸੇ ਦੇ ਸਿਰ ਤੋਂ ਰੋਟੀ ਖਾਣ ਖਾਣੇ ਆ ਹੂੰ ਰੱਬ ਤੇ ਜ਼ਿਆਦਾ ਭਰੋਸਾ ਮੈਨੂੰ ਜੀ ਤੇ ਮੈਂ ਲਗ 4-5 ਗਾਣੇ ਪਏ ਨੇ ਆਪਣੇ ਕੋਲ ਸਿੱਧੂ ਨੇ ਕੀਤੇ ਹੋਏ ਈਵਨ ਟ੍ਰੈਂਡ ਗਾਣਾ ਉਹ ਵਰਜ਼ਨ ਵੀ ਸੁਣਿਆ ਹੋਣਾ ਕਿਸੇ ਨੇ ਜਿਹੜਾ ਵਰਜ਼ਨ ਮੇਰੇ ਕੋਲ ਮੈਂ ਹਾਂ ਤਿੰਨ ਚਾਰ ਗਾਣੇ ਹੋਰ ਨੇ ਆਪਣਾ ਉਹ ਕੰਮ ਨਹੀਂ ਲੀਕ ਕਰਕੇ ਹਨਾ ਆਪਾਂ ਵਾਹ ਵਾਈ ਖੱਟੀਏ ਚਾਰ ਬੰਦੇ ਵਾਹ ਵਾਈ ਕਰਨਗੇ 6 ਬੰਦੇ ਗਾਲਾਂ ਕੱਢਣਗੇ ਮੈਂ ਅਸੀਂ ਰੋਟੀ ਖਾ ਕੇ ਕੀ ਕਰਨੀ ਜੋ ਪਜੇ अच्छा ਤੇ ਦੀਪ ਕਿਉਂਕਿ ਉਹ ਸਾਰਿਆਂ ਦੇ ਦਿਲਾਂ ਦੇ ਵਿੱਚ ਫਸੇ ਹੋਏ ਸੋ ਤੁਸੀਂ ਵੀ ਕਿਹਾ ਕਿ ਉਹਨਾਂ ਦਾ ਸੁਭਾਅ ਬਹੁਤ ਤੁਹਾਨੂੰ ਹੈਨਾ ਤੁਸੀਂ ਆਪਸ ਦੇ ਵਿੱਚ ਬਹੁਤ ਅੱਛਾ ਟਾਈਮ ਵੀ ਸਪੈਂਡ ਕੀਤਾ ਹਮ ਹੁਣ ਜਦੋਂ ਗੀਤ ਕਦੀ ਸਾਹਮਣੇ ਆ ਜਾਂਦੇ ਨੇ ਅਚਾਨਕ ਫੋਲਡਰ ਖੁੱਲ ਜਾਂਦਾ ਹੈ ਜਾਂ ਤੁਸੀਂ ਤੁਹਾਨੂੰ ਪਤਾ ਹੈ ਤੇ ਇਸ ਟਾਈਮ ਮਾਈਂਡ ਚ ਕਿਹੜੇ ਥਾਟਸ ਜਿਹੜੇ ਨੇ ਉਹ ਤੰਗ ਕਰਦੇ ਨੇ ਦੇਖੋ ਸਭ ਤੋਂ ਪਹਿਲਾਂ ਤੇ ਨਾ ਮੈਂ ਹਰਾਨ ਹੁਣਾ ਉਹਨਾਂ ਆਰਟਿਸਟਾਂ ਦੇ ਉੱਤੇ ਵੀ ਜਿਹੜੇ ਨਾਲ ਰਹੇ ਆ ਜਿਹੜੇ ਉਹਨੂੰ ਭਰਾ ਕਹਿੰਦੇ ਰਹੇ ਆ ਹੈਨਾ ਜਿਹੜੇ ਉਹਨੂੰ ਆਪਣਾ ਕਹਿੰਦੇ ਰਹੇ ਆ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਹੈਰਾਨ ਹੋਣਾ ਕੋਈ ਵੀ ਉਹਦੀ ਡੈਥ ਤੋਂ ਬਾਅਦ ਖੁੱਲਕੇ ਨਹੀਂ ਬੋਲਿਆ ਜੋ ਮੇਨ ਟਾਪਿਕ ਸੀ ਜੀ ਸਟੇਜ ਦੇ ਉੱਤੇ ਥਾਪੀ ਮਾਰ ਦੇਣੀ ਅਲੱਗ ਗੱਲ ਆ ਹਨਾ ਕਿਸੇ ਵੀ ਡੈਥ ਦਾ ਅਫਸੋਸ ਕਰਨਾ ਅਲੱਗ ਗੱਲ ਆ ਹਨਾ ਮੇਨ ਟਾਪਿਕ ਸੀ ਜਿਹੜਾ ਵੀ ਅਸੀਂ ਇਨਸਾਫ ਲੈਣਾ ਚਾਹੁੰਦੇ ਆ ਬੰਦੇ ਨਾਲ ਮਾੜੀ ਹੋਈ ਇਦਾਂ ਨਹੀਂ ਹੋਣੀ ਚਾਹੀਦੀ ਹਨਾ ਲੜਨਾ ਚਾਹੁੰਦੇ ਆ ਉਹਦੇ ਹੱਕ 'ਚ ਖੜਨਾ ਚਾਹੁੰਦੇ ਆ ਉਹਦੇ ਉੱਤੇ ਕੋਈ ਨਹੀਂ ਬੋਲਿਆ ਮੈਨੂੰ ਆਹ ਚੀਜ਼ ਬੜੀ ਬੁਰੀ ਲੱਗਦੀ ਆ ਤੇ ਦੂਜੀ ਚੀਜ਼ ਮੈਨੂੰ ਅਜੇ ਵੀ ਸੋ ਬਨੇਰਗਾ ਲੱਗਦਾ ਕਿ ਉਹ ਬੰਦਾ ਅੱਜ ਸਾਡੇ 'ਚ ਹੈ ਨਹੀਂ ਇਹ ਬਿਲਕੁਲ ਸੱਚ ਮੋਹੀਰਾ ਬੰਦਾ ਜੀ ਮੋਹੀਰਾ ਬੰਦਾ ਮੈਂ ਅੱਜ ਮੈਨੂੰ ਲੱਗਦਾ ਇਹ ਗੱਲਾਂ ਕਰ ਰਿਹਾ ਨਾ ਤੇ ਮੈਨੂੰ ਲੋਕਾਂ ਨੇ ਕਹਿਣਾ ਸ਼ਾਇਦ ਆਪਣੇ ਗਾਣੇ ਚ ਲਾਉਣ ਲਈ ਗੱਲਾਂ ਕਰੀ ਜਾਂਦਾ ਜੀ ਮੈਂ ਤਾਂ ਐਸੀ ਚ ਤੋਂ ਵੀ ਡਰਦਾ ਕਿ ਕੱਲ ਨੂੰ ਕੋਈ ਮੈਨੂੰ ਐ ਨਾ ਕਹਿ ਦੇ ਵੀ ਸਿੱਧੂ ਦੀ ਮੌਤ ਤੋਂ ਫਾਇਦਾ ਲੈ ਰਿਹਾ ਜੀ ਭਟ ਜੇ ਤੁਸੀਂ ਗਾਣੇ ਹੀ ਨਹੀਂ ਪਾਏ ਇਸ ਤੋਂ ਬਾਅਦ ਹੋਰ ਨੁਕਸਾਨ ਕੀ ਤਾਂ ਕਰਕੇ ਮੈਂ ਬਹੁਤ ਘੱਟ ਗੱਲ ਕਰਨਾ ਚਾਹੁੰਨਾ ਕਿ ਉਹ ਬੰਦਾ ਘੈਂਟ ਸੀਗਾ ਹੂੰ ਤੇ ਉਹ ਜਿਉਂਦੇ ਜੀ ਵੀ ਆਪਾਂ ਨੂੰ ਘੈਂਟ ਲੱਗਦਾ ਹੈ রাইਟ ਆ ਜੋ ਸਾਡੇ ਜਿਹ ਹੈ ਨਹੀਂਗਾ ਤੇ ਮੇਰੇ ਹਿਸਾਬ ਨਾਲ ਉਹਦੇ ਮਾਪਿਓ ਨਾਲੋਂ ਜ਼ਿਆਦਾ ਬਰੇਵ ਕੋਈ ਨਹੀਂ ਬਿਲਕੁਲ ਮੈਂ ਇੱਕ ਚੀਜ਼ ਕਾਮਨ ਨੋਟਿਸ ਕੀਤੀ ਹੈ ਤੁਹਾਡੀ ਤੁਹਾਡਾ ਜੇ ਗਾਣੇ ਸੁਣਿਆ ਤੇ ਇਹ ਗਾਣੇ ਦੇ ਵਿੱਚ ਜੋ ਵੀ ਤੁਸੀਂ ਲਿਰਿਕਸ ਲਿਖੇ ਨੇ ਜੋ ਉਹ ਦਿਲ ਦੇ ਜਜ਼ਬਾਤ ਲੱਗਦੇ ਨੇ ਜੋ ਤੁਸੀਂ ਹੰਡਾਇਆ ਹੈ ਬੇਸਿਕਲੀ ਉਹ ਉਹ ਲੱਗਦਾ ਹੈ ਤੁਹਾਡਾ ਇੱਕ ਫੀਲ ਹੈ ਜਿਹੜਾ ਤੁਸੀਂ ਆਡੀਅנס ਨਾਲ ਸਾਂਝਾ ਕੀਤਾ ਤੇ ਤੁਹਾਡੀ ਤਾਂ ਤੁਸੀਂ ਬਿਲਕੁਲ ਸਾਨੂੰ ਉਸ ਬਾਰੇ ਚ ਗੱਲ ਕਰਾਂਗੇ ਤੇ ਸ਼ਾਇਦ ਇਹਨਾਂ ਨੂੰ ਲੱਗੇਗਾ ਪਰ ਬਾਅਦ ਮੈਂ ਫੋਟੋ ਦੇਖੀ ਟੂ ਪੈਕ ਦੀ ਫੋਟੋ ਤੁਸੀਂ ਉਹ ਵੀ ਉਹਨਾਂ ਨੂੰ ਫੋਲੋ ਕਰ ਦਿਓ ਦੇਖੋ ਮੈਂ ਨਾ ਟੂ ਪੈਕ ਨੂੰ ਟੂ ਪੈਕ ਨੂੰ ਮੈਂ ਸੁਣਿਆ ਸੀਗਾ ਮੈਂ ਉਦੋਂ 11ਵੀਂ ਕਲਾਸ ਹੁੰਦਾ ਸੀ ਅੱਛਾ ਹਾਂ 2009-10 ਦੀਆਂ ਗੱਲਾਂ ਨੇ ਹਾਂ ਵੀ ਬਹੁਤ ਟਾਈਮ ਪਹਿਲਾਂ ਤੋਂ ਮੈਨੂੰ ਉਹ ਬੰਦਾ ਘੈਂਟ ਲੱਗਦਾ ਹੈ ਤੇ ਬਹੁਤ ਲੋਕਾਂ ਨੂੰ ਨਾ ਦੇਖਾ ਦੇਖੀ ਕੋਈ ਉਹਦੇ ਵਾਂਗੂ ਰਮਾਲ ਬੰਨਣ ਲੱਗ ਗਿਆ ਕੋਈ ਉਹਦੇ ਵਾਂਗੂ ਕੁਝ ਕਰਨ ਲੱਗ ਗਿਆ ਹਨਾ ਇੱਕ ਸਿੱਧੂ ਨੂੰ ਦੇਖ ਕੇ ਸੁਣ ਕੇ ਕਈ ਲੋਕ ਟੂਪਾਕ ਨੂੰ ਸੁਣਨ ਲੱਗ ਗਏ ਬਟ ਮੈਂ ਉਹਨੂੰ ਦੇਖਣ ਦਾ ਸੁਣਨ ਦਾ ਮਤਲਬ ਸੀ ਉਹ ਬਹੁਤ ਘੈਂਡ ਲਖਾਰੀ ਜੀ ਉਹ ਸੀਗਾ ਸਕਾਰ ਫੇਸ ਦਾ ਫੈਨ ਸਕਾਰ ਫੇਸ ਇੱਕ ਡਾਉਨ ਸੀਗਾ ਅਮਰੀਕਾ ਦਾ ਜੀ ਮੈਕਸੀਕਨ ਤੇ ਉਸ ਮੈਂ ਉਹਦਾ ਬੰਦੇ ਦਾ ਫੈਨ ਤਾਂ ਬਣਿਆ ਵੀ ਉਹਦੇ ਜਿਹੜੇ ਮॉम ਡੈਡ ਸੀ ਉਹਦੇ ਮॉम ਡੈਡ ਜਿਹੜੇ ਬਲੈਕਸ ਦੀ ਕਮਿਊਨਿਟੀ ਦੇ ਹਨਾ ਲੀਡਰ ਸੀਗੇ ਬਲੈਕਸ ਕਮਿਊਨਿਟੀ ਦਾ ਕੋਈ ਗਰੁੱਪ ਸੀਗਾ ਉਹਨਾਂ ਦਾ ਉਹਦੇ ਲੀਡਰ ਸੀ ਉਹਨਾਂ ਨੇ ਆਪਣੀ ਬਲੈਕ ਕਮਿਊਨਿਟੀ ਲਈ ਬਹੁਤ ਕੁਝ ਕੀਤਾ ਆਪਣੀਆਂ ਜਾਨਾਂ ਦਿੱਤੀਆਂ ਤੇ ਹਨਾ ਆਪਣੀਆਂ ਜਾਨਾਂ ਗਵਾਈਆਂ ਜਿਵੇਂ ਆਪਾਂ ਕਹਿ ਦਈਏ ਆਪਣੇ ਲੋਕਾਂ ਨੇ ਹਨਾ ਧਰਮ ਦੇ ਲਈ ਆਪਣੇ ਲੋਕ ਜਾਨਾ ਦਿੰਦੇ ਆ ਉਹਨਾਂ ਨੇ ਆਪਣੀ ਕਮਿਊਨਿਟੀ ਦੇ ਲਈ ਜਾਨਾਂ ਦਿੱਤੀਆਂ ਜੀ ਉਦੋਂ ਇਦਾਂ ਦਾ ਦੌਰ ਸੀਗਾ ਵੀ ਗੋਰਿਆਂ ਦੀ ਵਾਈਟਸ ਦੀ ਤੇ ਬਲੈਕਸ ਦੀ ਆਪਸ ਵਿੱਚ ਬਿਲਕੁਲ ਨਹੀਂ ਬਣਦੀ ਜਮਾਇਤ ਕੁੱਤੇ ਦਾ ਵੈਰ ਸੀ ਇੱਕ ਦੂਜੇ ਨੂੰ ਮਾਰਦੇ ਹੁੰਦੇ ਸੀ ਤੇ ਟੂ ਪਾਵਰ ਕੋ ਉਹਨਾਂ ਚੀਜ਼ਾਂ ਨੂੰ ਜੋ ਉਹਦੇ ਮਾਪੇ ਨੇ ਕੀਤੀਆਂ ਪੈਦਾ ਵੀ ਜੇਲ੍ਹ ਚ ਹੋਇਆ ਹੈ ਜੀ ਔਰ ਓਕੇ ਇਹ ਮੈਨੂੰ ਨਹੀਂ ਪਤਾ ਸੀ ਪੈਦਾ ਜੇਲ੍ਹ ਚ ਹੋਇਆ ਸੀ ਇਹਦੀ ਮਦਰ 15 ਸਾਲ ਦੇ ਸੀਗੇ ਅੱਛਾ ਤੇ ਜਦੋਂ ਇਹ ਪੈਦਾ ਹੋਇਆ ਇਹਦੇ ਮਦਰ ਦੀ ਕਰੈਕ ਖਿੱਚਣ ਨਾਲ ਯਾਨੀ ਕਿ ਨਸ਼ਾ ਕਰਨ ਨਾਲ ਡੈਥ ਹੋਈ ਸੀ ਓਕੇ ਓਕੇ ਤੇ ਜੇਲ੍ਹ ਚ ਪੈਦਾ ਹੋਇਆ ਸੀਗਾ ਇਹ ਤੇ ਜਿਹੜੇ ਬੰਦੇ ਦੀ ਜਰਨੀ ਜੇਲ੍ਹ ਚ ਸ਼ੁਰੂ ਹੋਈ ਹੈ ਉਹਨੂੰ ਜਿਲ੍ਹਾ ਹਣਾ ਬੜਾ ਕੁਝ ਮਾਇਨੇ ਨਹੀਂ ਰੱਖਦੀਆਂ ਇਹਨੇ ਬੰਦੇ ਨੇ ਆਪਣੀ ਜ਼ਿੰਦਗੀ ਜੇਲਾ ਕੱਟੀਆਂ ਪਰ ਕੁੜੀ ਛੇੜਨ ਨਾਲੀਆਂ ਜੇਲਾ ਨਹੀਂ ਕੱਟੀਆਂ ਇਹਨੇ ਕੋਈ ਇੱਕ ਦੇ ਜੋਰ ਤੇ ਇਹਨੇ ਆਪਣੇ ਮਾਪਿਆਂ ਦੀਆਂ ਚੀਜ਼ਾਂ ਗਾਈਆਂ ਇਹਨੇ 20 ਪੁਲਿਸ ਵਾਲਿਆਂ ਦੇ ਨਾਲ ਰੈਵੋਲੂਸ਼ਨ ਕੀਤਾ ਇਹਦੇ ਚ ਨੇ ਜਿਹੜੇ ਮੇਨ ਕੇਸ ਸੀਗੇ ਇਹਦੇ ਤੇ ਮੇਨ ਕੇਸ ਹੀ ਪੁਲਿਸ ਵਾਲਿਆਂ ਨਾਲ ਖਹਿੜੜਨ ਦੇ ਅੱਛਾ ਜੀ ਇਹਦੇ ਦੋਸਤ ਨੂੰ ਮਾਰ ਦੇਣ ਲੱਗੇ ਸੀ ਕਿਉਂਕਿ ਇਹਦਾ ਦੋਸਤ ਕਾਲਾ ਸੀ ਤੇ ਇਹਨੇ ਆਪਣੇ ਦੋਸਤ ਨੂੰ ਬਚਾਉਣ ਦੇ ਲਈ ਪੁਲਿਸ ਵਾਲਾ ਮਾਰਦਾ ਸੀ ਓਕੇ ਅਮਰੀਕਾ ਦਾ ਸਿਰਫ ਤਾਂ ਕਿਉਂ ਰੇਸ ਦੇ ਅਗੇਂਸਟ ਸੀ ਜੀ ਹਨਾ ਰੇਸਿਸਮ ਦੀ ਪ੍ਰੋਬਲਮ ਰੇਸਿਸਮ ਦੀ ਪ੍ਰੋਬਲਮ ਦਾ ਕਰਕੇ ਤੇ ਇਹਨੇ ਆਪਣੇ ਕਾਲੇ ਬਲੈਕਸ ਲਈ ਬਹੁਤ ਵਧੀਆ ਰੈਵੋਲੂਸ਼ਨ ਖੜਾ ਕੀਤਾ ਮੈਂ ਆਪਾਂ ਤਾਂ ਇਹ ਸੁਣਦੇ ਆਂ ਵੀ ਆ ਗੱਟਸੀ ਬੰਦਾ ਹੈ ਰਾਈਟ ਤੇ ਇਹ ਤਾਂ ਪਤਾ ਲੱਗ ਗਿਆ ਕਿ ਤੁਸੀਂ ਟ੍ਰਪਾਕ ਦੀ ਪੂਰੀ ਹਿਸਟਰੀ ਵੀ ਜਾਣਦੇ ਹੋ ਇਸੇ ਲਈ ਤੁਸੀਂ ਉਹਨਾਂ ਨੂੰ ਅਡੋਰ ਕਰਦੇ ਹੋ ਹਨਾ ਤੁਸੀਂ ਇੱਕ ਫੋਟੋ ਇਹ ਵੀ ਲਾਈ ਹੋਈ ਹੈ ਸਟੂਡੀਓ ਦੇ ਵਿੱਚ 97 ਟੂ 99 ਹਨਾ ਇਹ ਇਹ ਕੁਝ ਸਪੈਸ਼ਲ ਹੈ ਹਾਂਜੀ ਇਹ ਫੋਟੋ ਮੇਰੇ ਨਾਲ 12 ਸਾਲ ਤੋਂ ਹੀ ਹੈ 12 ਸਾਲ ਤੋਂ 12 ਸਾਲ ਤੋਂ ਮੇਰੇ ਨਾਲ ਮਤਲਬ ਇਹ ਸਾਡਾ ਜਿੱਥੇ ਅਸੀਂ ਹੁਣ ਸਟੂਡੀਓ ਇਹ ਸਾਡਾ ਇਹ ਸਾਡਾ ਸੈਵਨਥ ਹੋਮ ਸੀ ਅਸੀਂ ਜਿੱਥੇ ਜਿੱਥੇ ਸ਼ਿਫਟ ਕੀਤੇ ਜਿੱਧਰੋਂ ਜਿੱਧਰੋਂ ਤੁਰੇ ਜਦੋਂ ਘਰੋਂ ਤੁਰੇ ਇਹ ਫੋਟੋ ਮੇਰੇ ਨਾਲ ਹੀ ਰਹੀ 12 ਸਾਲ ਤੋਂ ਮੇਰੇ ਨਾਲ ਹੀ ਹੈ ਫੋਟੋ अच्छा ਤੇ ਇੱਕ ਤੁਹਾਡੀ ਬਹੁਤ ਵਾਇਰਲ ਸਟੋਰੀ ਮੈਂ ਦੇਖੀ ਸੀਗੀ ਤੁਸੀਂ ਕਿਹਾ ਵੀ ਜਦੋਂ ਘਰੋਂ ਤੁਰੇ ਸੀ ਇੱਕ ਘਰ ਤੁਸੀਂ ਇੱਕ ਗੁਰਦੁਆਰਾ ਸਾਹਿਬ ਨੂੰ ਵੀ ਬਣਾਇਆ ਸੀਗਾ ਹਾਂਜੀ ਸੁਹਾਣਾ ਸਾਹਿਬ ਹਮ ਸਿੰਘ ਸ਼ੀਦਾ ਗੁਰਦੁਆਰਾ ਸੁਹਾਣਾ ਸਾਹਿਬ ਮਹਾਲੀ ਦੇ ਵਿੱਚ ਬਹੁਤ ਹੁਣ ਤੇ ਲੋਕ ਸਾਰੇ ਜਾਂਦੇ ਆ ਤੇ ਆਪਣਾ 6 ਮਹੀਨੇ ਮੈਨੂੰ ਲੱਗਦਾ ਵੀ ਉੱਥੇ ਜੋ ਸਾਡੇ ਕੋਲ ਪੈਸੇ ਨਹੀਂ ਸੀ ਨਾ ਰੋਟੀ ਖਾਣ ਦੇ ਜੀ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਬ੍ਰੇਕਫਾਸਟ ਕਰਨ ਦੇ ਲੰਚ ਕਰਨ ਦੇ ਅਸੀਂ ਸਿੱਧਾ ਉੱਥੇ ਜਾ ਕੇ ਲੰਗਰ ਛਕਦੇ ਸੀ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਉੱਥੇ ਹੀ ਖਾਂਦੇ ਸੀ ਉਹੀ ਸਾਡਾ ਡਿਨਰ ਹੁੰਦਾ ਸੀ ਤੇ ਉੱਥੇ ਹੀ ਫਿਰ ਸੇਵਾ ਕਰਕੇ ਆਪਾਂ ਨੇ ਘਰ ਨੂੰ ਆ ਜਾਣਾ ਤੇ ਸਾਨੂੰ ਗੁਰਦੁਆਰਾ ਸਾਹਿਬ ਨੇ ਹੀ ਛਰਨ ਦਿੱਤੀ ਉਹਨਾਂ ਨੇ ਮਤਲਬ ਸਾਨੂੰ ਸਰਵਾਈਵ ਕਰਨ ਦੇ ਵਿੱਚ ਹੈਲਪ ਕੀਤੀ ਉਹ ਟਾਈਮ ਆਮ ਸ਼ੋਰ ਬੜਾ ਐਦਾ ਬੰਦੇ ਨੂੰ ਇਨਫੀਰੀਅਰ ਕੰਪਲੈਕਸ ਜਾਉਣ ਲੱਗ ਜਾਂਦਾ ਸਮ ਟਾਈਮਸ ਤੇ ਹੈਨਾ ਝੂਠ ਵੀ ਬੋਲਨੇ ਪੈਂਦੇ ਆ ਨਾਲ ਦੇ ਬੰਦੇ ਨੂੰ ਨਹੀਂ ਅਸੀਂ ਤਾਂ ਘਰੇ ਰੋਟੀ ਖਾਵਾਂਗੇ ਜਾਂ ਕੁਝ ਵੀ ਹੈ ਤੇ ਕਦੀ ਬ੍ਰੇਕਡਾਊਨ ਨਹੀਂ ਹੋਇਆ ਗੁਰਦੁਆਰੇ ਦੇ ਵਿੱਚ ਨਹੀਂ ਉੱਥੇ ਜਾ ਬੇਕਡਾਊਨ ਹੁੰਦੇ ਸੀ ਜਦ ਤੱਕ ਅਸੀਂ ਬਾਹਰ ਆ ਜਦੋਂ ਗੁਰਦਾਰਾ ਸਾਹਿਬ ਦੇ ਅੰਦਰ ਚੱਲ ਗਏ ਉਹ ਸਾਨੂੰ ਸਾਂਭ ਲੈਂਦੇ ਸੀ ਤੇ ਸਟਰੈਂਥ ਮਿਲਦੀ ਘਰ ਦੇ ਪੁੱਛਦੇ ਸੀ ਕੀ ਖਾ ਲਿਆ ਪੁੱਤ ਰੋਟੀ ਖਾ ਲਈ ਐਂ ਕਹਿਣਾ ਮੈਂ ਲਿਆ ਅੱਜ ਤੇ ਆ ਖਾ ਲਿਆ ਅੱਜ ਤੇ ਆ ਖਾ ਲਿਆ ਕੀ ਦਸੀ ਅੱਜ ਤੇ ਢਿੱਡ ਬਹੁਤ ਭਰ ਗਿਆ ਤੁਸੀਂ 6 ਮਹੀਨੇ ਘਰੇ ਦੱਸਿਆ ਨਹੀਂ ਨਾ ਪੈਸੇ ਵੀ ਪੈਸੇ ਨਹੀਂ ਨਾ ਮੰਗਾ ਸਕਦੇ ਸੀ ਘਰਦਿਆਂ ਨੇ ਕਹਿਣਾ ਹੁੰਦਾ ਸੀ ਵੀ ਫਿਰ ਇੱਧਰ ਹੀ ਆ ਜਾਓ ਤੇ ਨਹੀਂ ਕੁਛ ਮੰਨ ਰਿਆ ਤੇ ਤੇ ਫਿਰ ਉਸ ਤੋਂ ਬਾਅਦ ਜਦੋਂ ਇੱਕ ਅੱਛਾ ਟਾਈਮ ਆ ਗਿਆ ਜਦੋਂ ਟਰੈਕ ਸੈੱਟ ਹੋਣ ਲੱਗ ਗਏ ਤੇ ਫਿਰ ਉਦੋਂ ਦੱਸਿਆ ਕਿ ਇਹ ਵੀ ਟਾਈਮ ਅਸੀਂ ਦੇਖਿਆ ਜਦੋਂ ਉਹਨਾਂ ਨੇ ਇੰਟਰਵਿਊ ਸੁਣਿਆ ਉਹਨਾਂ ਨੇ ਵੀ ਦੱਸਿਆ ਨਹੀਂ ਤੇ ਸਾਡੇ ਕੋਲ ਨਾ ਮੋਟਰਸਾਈਕਲ ਸੀ ਉਹਨਾਂ ਟਾਈਮਾਂ ਅੱਜ ਅਸੀਂ ਕਿੰਨੀਆਂ ਮੀਟਿੰਗਜ਼ ਮੋਟਰਸਾਈਕਲ ਤੇ ਕੀਤੀਆਂ ਅਸੀਂ ਕੀ ਕਰਦੇ ਹੁੰਦੇ ਸੀ ਵੀ ਮੋਟਰਸਾਈਕਲ ਲੈ ਕੇ ਮਾਰਕੀਟ 'ਚ ਲਗਾ ਦੇਣਾ ਰੈਸਟੋਰੈਂਟ ਦੇ ਵਿੱਚ ਮੀਟਿੰਗ ਫਿਕਸ ਕਰ ਦੇਣੀ ਤੇ ਜਦੋਂ ਸਾਡੇ ਵੱਡੇ ਵੱਡੇ ਮਰਸੀਡਿਸ ਬੀਮਰ ਵਾਲਿਆਂ ਨੇ ਸਾਡੇ ਨਾਲ ਮੀਟਿੰਗ ਕਰਨ ਆਉਣਾ ਗਾਣੇ ਦੀ ਗੱਲ ਕਰਨ ਆਉਣਾ ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਹੀਰੋ ਬਣ ਕੇ ਬਾਚ ਨੂੰ ਕਹਿਣਾ ਸਾਨੂੰ ਕੰਮ ਆਧਾ ਘੰਟਾ ਸੀ ਇੱਥੇ ਹੀ ਰੁਕਾਂਗੇ ਜਦੋਂ ਦੇਖਣਾ ਚੱਲ ਗਏ ਆ ਅਸੀਂ ਹੌਲੀ ਜੀ ਲੈ ਕੇ ਮੋਟਰਸਾਈਕਲ ਪਿੱਛੇ ਦੀ ਨਿਕਲ ਜਾਣਾ ਹਾਂ ਮੈਂ ਉਹੀ ਕਹਿਣ ਲੱਗੀ ਸੀ ਕਿਉਂਕਿ ਸਾਡੀ ਇੰਡਸਟਰੀ ਦੇ ਵਿੱਚ ਇੱਕ ਟ੍ਰੈਂਡ ਸੈੱਟ ਹੋ ਚੁੱਕਿਆ ਹੈ ਕਿ ਬ੍ਰਾਂਡਸ ਬਹੁਤ ਇੰਪੋਰਟੈਂਟ ਹੁੰਦੇ ਆ ਤੁਹਾਡੀ ਦਿਖ ਲੁਕਸ ਬਹੁਤ ਇੰਪੋਰਟੈਂਟ ਪਰ ਬ੍ਰਾਂਡ ਕਿੱਥੇ ਆ ਤੁਸੀਂ ਕਿਹੜੀ ਗੱਡੀ 'ਚ ਆਏ ਹੋ ਤੁਹਾਡੀ ਬੈਕ ਕੀ ਹੈ ਤੁਹਾਡੀ ਜੇਬ 'ਚ ਕਿੰਨਾ ਪੈਸਾ ਉਸੇ ਬਿਹਾਫ ਤੇ ਵੀ ਮੋਸਟਲੀ ਜਿਹੜਾ ਕੰਮ ਮਿਲਦਾ ਹੈ ਜੱਜ ਕਰਦੇ ਲੋ ਤੇ ਇਹ ਚੀਜ਼ ਤਾਂ ਹਜੇ ਵੀ ਹੈਗੀ ਹੈ ਹੁਣ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਕਿਤੇ ਨਾ ਕਿਤੇ ਖਤਮ ਹੋ ਗਈਆਂ ਹੁਣ ਬ੍ਰਾਂਡਸ ਬ੍ਰਾਂਡਸ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਲੋਕ ਤੇ ਕਰਦੇ ਨਹੀਂ ਵੀ ਆ ਇਹ ਕਿਤੇ ਨਾ ਕਿਤੇ ਸਿੱਧੂ ਨੇ ਚੀਜ਼ਾਂ ਖਤਮ ਕਰਤੀਆਂ ਹਮ ਸਿੱਧੂ ਨੇ ਦਿਖਾਤਾ ਲੋਕਾਂ ਨੂੰ ਵੀ ਇੱਕ ਸਿੰਪਲ ਲਿਵਿੰਗ ਹਾਈ ਥਿੰਕਿੰਗ ਰੱਖਣ ਵਾਲਾ ਬੰਦਾ ਪੂਰੀ ਦੁਨੀਆ ਨੂੰ ਜਿੱਤ ਸਕਦਾ ਆਪਣੇ ਘਰ ਬੈਠ ਕੇ ਵੀ ਜਿੱਤ ਸਕਦਾ ਇਹ ਦੁਨੀਆ ਦੇ ਭਰਮ ਭਲੇਖੇ ਉਹਨੇ ਵਾਕਿਆਂ ਜੀ ਮਟਾਏ ਆ ਰਾਈਟ ਤਾਹੀਂ ਦੇ ਲੋਕਾਂ ਤੋਂ ਐਕਸੈਪਟ ਨਹੀਂ ਹੋ ਰਿਹਾ ਵੀ ਅਸੀਂ ਜਿਹੜੇ 4-5 ਸਾਲ 6 ਸਾਲ ਆ ਗਾੜਤੇ ਅਸੀਂ ਇਹਨਾਂ ਚੀਜ਼ਾਂ ਦੇ ਸ਼ੋਅ ਆਫ ਦੇ ਚੱਕਰ ਦੇ ਵਿੱਚ ਉਹਨਾਂ ਕੋ ਐਕਸੈਪਟ ਨਹੀਂ ਕੀਤਾ ਜਾ ਰਿਹਾ ਵੀ ਉਹ ਅਸੀਂ ਖਰਾਬ ਕਰ ਲੇ ਜੀ ਹੈਨਾ ਰਾਈਟ ਬਹੁਤ ਸਹੀ ਗੱਲ ਹੈ ਸੋ ਹੁਣ ਗੱਡਸ ਤਾਂ ਤੁਹਾਡੇ ਗੀਤਾਂ ਦੇ ਵਿੱਚ ਵੀ ਸਮਝੇ ਜਾ ਰਹੇ ਨੇ ਹੈਨਾ ਪਹਿਲੇ ਗਾਣੇ ਜਿਹੜੇ ਕੀਤੇ ਤੁਸੀਂ ਹੈਨਾ ਉਮ ਰੋਮਾਂਟਿਕ ਅਟ੍ਰੈਕਸ ਗੇਸ ਤੇ ਸੁਣਨ ਵਾਲਿਆਂ ਨੂੰ ਤਾਂ ਲੱਗ ਲੱਗ ਗਿਆ ਹੋਣਾ ਵੀ ਤੁਸੀਂ ਰੋਮਾਂਟਿਕ ਹੀ ਲਿਖ ਸਕਦੇ ਹੋ ਹੈ ਵੀ ਕਿੰਨੀ ਕਿ ਸੱਚਾਈ ਹੈ ਉਹ ਗਾਣੇ ਤੁਹਾਡੇ ਰਿਐਲਿਟੀ ਦੇ ਨਾਲ ਕਿੰਨਾ ਕੁ ਮੈਚ ਕਰਦੇ ਨੇ ਉਹ ਵੀ ਚੀਜ਼ਾਂ ਰਿਐਲਿਟੀ ਨਾਲ ਮੈਚ ਕਰਦੀਆਂ ਹੁਣ ਇੱਕ ਅੜਬੀ ਬੰਦੇ 'ਚ ਵੀ ਰਮਾਂਸ ਹੋ ਸਕਦਾ ਤੁਹਾਡਾ ਤਾਂ ਜਿਹੜਾ ਅਗਲਾ ਗਾਣਾ ਆ ਰਿਹਾ ਉਹ 'ਚ ਤਾਂ ਕਾਫੀ ਰੋਮਾਂਸ ਵੇਖਣ ਨੂੰ ਮਿਲੇਗਾ ਹਾਂ ਰੋਮਾਂਸ ਚਲੋ ਹੁੰਦਾ ਬੰਦੇ 'ਚ ਕੁਝ ਪਰਸੈਂਟ ਬਟ ਨਾ ਉਹ ਦੂਜਾ ਫੇਸ ਆਪਣਾ ਅਗਰੈਸਿਵ ਫੀਸ ਦਿਖਾਉਣਾ ਵੀ ਜ਼ਰੂਰੀ ਹੈ ਇਹਦੇ ਲੋਕ ਤੁਹਾਨੂੰ ਹਨਾ ਇੱਕ ਕੱਚਾ ਕੂਲਾ ਸੌਫਟ ਬ੍ਰੈਡ ਸਮਝ ਜਾਂਦੇ ਜੀ ਸੋ ਕਿੰਨਾ ਕੋ ਤੁਹਾਨੂੰ ਕੱਚਾ ਕੂਲਾ ਕਹਿ ਲੋ ਜਾਂ ਸੌਫਟ ਬ੍ਰੈਡ ਸਮਝਿਆ ਕਿਉਂਕਿ ਦੇਖਣ ਵਾਲੇ ਨੇ ਕੀ ਦੇਖਣਾ ਸਟੂਡੀਓ ਚ ਬੈ ਕੇ ਗਾਣੇ ਬਣਾ ਰਿਹਾ ਹੈ ਸਨੈਪ ਤੇ ਗੱਡੀਆਂ ਚ ਘੁੰਮ ਰਿਹਾ ਹੈ ਇਹ ਤਾਂ ਖੱਪ ਕਰ ਰਹੇ ਨੇ ਤਾਂ ਘੁੰਮਦੇ ਫਿਰਦੇ ਰਹਿੰਦੇ ਨੇ ਇਹ ਵੀ ਕੀ ਹੋ ਗਿਆ ਹਨਾ ਤੇ ਹਰ ਬੰਦੇ ਦੀ ਇੱਕ ਸਟਰਗਲ ਜਿਹੜੀ ਹੁੰਦੀ ਆ ਉਹ ਉਹ ਜਾਣਦਾ ਹੁੰਦਾ ਹੈ ਸੋ ਥੋੜੀ ਜਿਹੀ ਪੜਾਅਸ ਕੇ ਲਈ ਇਹ ਆ ਇੱਕ ਜੋ ਦਿਲ ਚ ਦਰਦ ਸੀ ਉਹ ਇਸ ਗਾਣੇ ਚ ਅਸੀਂ ਵੇਖਿਆ ਇੱਕ ਉਹਨਾਂ ਸ਼ਬਦਾਂ ਦੇ ਥਰੂ ਜੋ ਸਾਡੇ ਸਾਡੇ ਤੁਹਾਡੇ ਬਹੁਤ ਯੂਜ਼ ਟੂ ਨੇਗੇ ਹੈਨਾ 2011 ਦਾ ਸਫਰ ਸ਼ੁਰੂ ਕੀਤਾ ਹੈ ਪਹਿਲੇ ਇਕੱਠੇ ਸੀ ਫਿਰ ਅੱਡ ਵੀ ਹੋਏ ਉਹ ਤੇ ਲਾਈਫ ਦੇ ਵਿੱਚ ਡਾਊਨ ਮੋਮੈਂਟਸ ਜਿਹੜੇ ਸੀਗੇ ਮੈਨੂੰ ਦੀਪ ਉਹਦੇ ਬਾਰੇ ਦੱਸੋ ਇਹ ਤੇ ਮੈਂ ਤੁਹਾਨੂੰ ਦੱਸਦਾ ਜਦੋਂ ਤੁਹਾਡਾ ਰਾਈਜ਼ ਹੁੰਦਾ ਨਾ ਅਸੀਂ 2011-12 ਤੋਂ ਇਕੱਠੇ ਸੀਗੇ ਸਾਡਾ ਪਹਿਲਾ ਦੇ ਉਹ ਸਟਰਗਲ ਪੀਰੀਅਡ ਸੀ ਉਸ ਤੋਂ ਪਹਿਲਾਂ ਸਟਰਗਲ ਪੀਰੀਅਡ ਇਹ ਸੀਗਾ ਕਿ ਪਿੰਡ ਤੋਂ ਇੱਥੇ ਆਉਣਾ ਅੱਛਾ ਤੇ ਪੈਰ ਜਮਾਉਣੇ ਤੇ ਉਹੀ ਮੈਂ ਤੁਹਾਨੂੰ ਆਪਣੇ ਮਾਪੇ ਬ ਦੀ ਗੱਲ ਦੱਸਦਾ ਵੀ ਦਲੇਰੀ ਵੀ ਮੈਂ ਆਪਣੀ ਲਾਈਫ ਤੋਂ ਇੱਕ ਵਾਰ ਬਹੁਤ ਤੰਗ ਹੋ ਗਿਆ ਸੁਸਾਈਡ ਦੀ ਕੋਸ਼ਿਸ਼ ਵੀ ਕੀਤੀ ਕਿਉਂਕਿ ਮੈਂ ਪੜ੍ਹਾਈ ਚ ਵਧੀਆ ਨਹੀਂ ਅੱਛਾ ਤੇ ਜਿਹੜੀ ਸੱਚੀ ਗੱਲ ਆ ਤੇ ਮੈਂ ਇੰਨਾ ਜਿਆਦਾ ਅੱਕ ਗਿਆ ਸੀ ਮੈਂ ਸੁਸਾਈਡ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਲਾਈਫ ਦੇ ਵਿੱਚ ਨਾ ਲੋਕੀ ਬਾਪੂ ਤੋਂ ਡਰਦੇ ਆ ਆਪਦੇ ਤੋਂ ਤੇ ਮੈਂ ਬਾਪੂ ਤੋਂ ਬਹੁਤ ਡਰਦਾ ਸੀ ਤੇ ਉਸ ਦਿਨ ਮੇਰਾ ਬਾਪੂ ਦਾ ਡਰ ਖਤਮ ਹੋ ਗਿਆ ਬਾਪੂ ਨੇ ਪਹਿਲੀ ਵਾਰੀ ਮੈਨੂੰ ਜੱਫੀ ਪਾਈ ਸੀ ਘੁੱਟ ਕੇ ਤੇ ਮੈਂ ਆਪਦੇ ਬਾਪੂ ਦੀ ਅੱਖਾਂ 'ਚੋਂ ਵੇਖੇ ਮੈਂ ਕਿਹਾ ਵੀ ਕਹਿੰਦਾ ਤੂੰ ਕੀ ਕਰਨਾ ਚਾਹੁੰਦਾ ਜ਼ਿੰਦਗੀ ਮੈਂ ਕਿਹਾ ਮੈਂ ਕਹਿਣਾ ਤੇ ਨਹੀਂ ਨਾ ਮੈਂ 뮤직 ਕਰਨਾ ਕਹਿੰਦਾ ਉਹ ਕਿਵੇਂ ਹੁੰਦਾ ਮੈਨੂੰ ਨਹੀਂ ਪਤਾ ਤੂੰ ਕਿਵੇਂ ਕਰਨਾ ਪਰ ਭਰਾਵਾ ਤੂੰ ਕਰ ਲੈ ਸਾਨੂੰ ਆਪਦਾ ਬੱਚਾ ਜਿਉਂਦਾ ਜਾਗਦਾ ਚਾਹੀਦਾ ਤੂੰ ਜੋ ਤੇਰੀ ਦਿਲ ਦੀ ਇੱਛਾ ਤੂੰ ਕਰ ਲੈ ਸਾਨੂੰ ਪਤਾ ਤੂੰ ਲਾਏਗਾ ਵਧੀਆ ਕਰਾਂਗੇ ਪਹਿਲਾਂ ਗਾਣਾ ਘੜਦੇ ਸੀ ਇਹ ਕੀ ਕੰਜਰਖਾਨਾ ਕੀ ਕਰਾਂਗੇ 뮤직 ਪਤਾ ਨਹੀਂ ਨਾ ਇਹ ਰਸਤਾ ਕੀ ਕਿੱਧਰ ਜਾਣਾ ਕਿੱਦਾਂ ਨਹੀਂ ਇੱਕ ਮਾਂ-ਬਾਪ ਨੂੰ ਟੈਨਸ਼ਨ ਹੁੰਦੀ ਸਾਡਾ ਬੱਚਾ ਗਲਤ ਸੰਗਤਾਂ ਪੈ ਜੇ ਜੀ ਪਹਿਲਾ ਉਹ ਸਟਰਗਲ ਸੀ ਪਿੰਡ ਜੋ ਨਿਕਲੇ ਮਾਪਾਪ ਨੂੰ ਭਰੋਸਾ ਦਿਵਾਇਆ ਠੀਕ ਆ ਉਹਨਾਂ ਦਾ ਸਟਰਗਲ ਤੇ ਇੱਥੇ ਖਾਣ ਪੀਣਾ ਇੱਥੇ ਆਪਣਾ ਆਪ ਨੂੰ ਜਮਾਈ ਰੱਖਣਾ ਸਰਵਾਈਵਲ ਕਰਨੇ ਕਿਉਂਕਿ ਕੰਮ ਸਿੱਖ ਰਹੇ ਸੀ ਪੈਸੇ ਆ ਨਹੀਂ ਸਕਦੇ ਪਿੱਛੋਂ ਘਰ ਦੇ ਵੀ ਮਿਡਲ ਕਲਾਸ ਫੈਮਿਲੀ ਪੈਸੇ ਉਹਨੇ ਕੀ ਹੁੰਦੇ ਆ ਆਪਾਂ ਨਹੀਂ ਹਨਾ ਜਿਆਦਾ ਖਰਚਾ ਅਫੋਰਡ ਕਰ ਸਕਦੇ ਤੇ ਉਹਦੇ ਬਾਅਦ ਜਦੋਂ ਤੁਹਾਡਾ ਰਾਈਜ਼ ਆਇਆ ਤੇ ਫਿਰ ਸਟਰਗਲ ਆਪਣੇ ਆਪ ਨੂੰ ਮਾਰਕੀਟ ਚ ਮੇਨਟੇਨ ਕਰਨ ਦਾ ਕੰਸਿਸਟੈਂਸੀ ਦਾ ਕੰਸਿਸਟੈਂਸੀ ਦਾ ਸਟਰਗਲ ਤੇ ਉਹਦੇ ਬਾਅਦ ਰਿਲੇਸ਼ਨਸ ਦਾ ਵੀ ਤੁਹਾਡੇ ਲੋਕਾਂ ਦੇ ਨਾਲ ਕਿੰਨੇ ਦੇ ਵਿੱਚ ਰਹੇ ਹੋ ਆਨ ਆਫ ਹਨਾ ਤੇ ਫਿਰ ਸਭ ਤੋਂ ਜ਼ਿਆਦਾ ਸਟਰਗਲ ਮੈਂ ਕਿੰਨਾ ਵੀ ਮੇਰੇ 4-5 ਸਾਲ ਦਾ ਸਟਰਗਲ ਉਹਦੇ ਬਾਅਦ ਜਦੋਂ ਅਸੀਂ ਅੱਡ ਹੋਏ ਉਹ 2 ਸਾਲ ਦਾ ਸਟਰਗਲ ਮੈਂ ਇਕੱਠਾ ਹੀ ਕਰ ਲਿਆ 4-5 ਸਾਲ ਦਾ ਦੁਬਾਰਾ ਹਨਾ ਫਿਰ ਜਦੋਂ ਤੁਸੀਂ ਅਲੱਗ ਹੁੰਨੇ ਹੋ ਤੁਹਾਡੇ ਰਾਈਜ਼ ਦੇ ਵਿੱਚ ਤੁਹਾਨੂੰ ਜੋ ਲੋਕ ਮਿਲੇ ਸੀਗੇ ਉਹ اڈ ਹੁੰਦੇ ਦੇਖਦੇ ਆ ਸਾਰਿਆਂ ਦੇ ਅਲੱਗ-ਅਲੱਗ ਡਬਲ ਫੇਸ ਦੇਖਦੇ ਆ ਵੀ ਲਾਰੇ ਤੁਹਾਨੂੰ ਮਿਲਦੇ ਆ ਸੋਨਾਂ ਨੂੰ ਇੱਕ ਵਾਰ ਜਦੋਂ ਤੁਹਾਡਾ ਰਾਈਜ਼ ਹੁੰਦਾ ਨਾ ਲੋਕ ਲਾਗੇ ਬੈਠ ਕੇ ਕਹਿੰਦੇ 10 ਕੀ ਚਾਹੀਦਾ 10 ਕੀ ਕਰਨਾ ਹਮਨੇ ਕਰ ਦਿਆਂਗੇ ਫਿਰ ਜਦੋਂ ਤੁਸੀਂ ਦੇਖਦੇ ਹੋ ਵੀ ਉਹ ਬੰਦੇ ਤੁਹਾਡਾ ਫੋਨ ਨਹੀਂ ਚੱਕਦੇ ਉਹ ਬੰਦੇ ਤੁਹਾ ਨਾਲ ਗੱਲ ਕਰਕੇ ਰਾਜੀ ਨਹੀਂ ਸੋ ਮੈਂ ਇਸ ਚੀਜ਼ ਦਾ ਸੱਟਾ ਇੰਨਾ ਕੱਢਿਆ ਵੀ ਜਿੰਨਾ ਚੱਕ ਜਿੰਨਾ ਤੱਕਰ ਕੁਰਸੀ ਦੇ ਬੈਠ ਕੇ ਆਪਾਂ ਲੋਕਾਂ ਲਈ ਗਾਣੇ ਬਣਾਵਾਂਗੇ ਕੰਮ ਕਰਾਂਗੇ ਆਜੋ ਬਾਈ ਜੀ ਚਲਜੋ ਬਾਈ ਜੀ ਕਰਾਂਗੇ ਉਹਨਾਂ ਜਰ ਤੱਕ ਲੋਕ ਤੁਹਾਡੇ ਨਾਲ ਨੇ ਜਦੋਂ ਤੁਸੀਂ ਇੱਕ ਡਿਸੀਜਨ ਲਾਉਂਗੇ ਅੱਜ ਮੈਂ ਆਪ ਦਾ ਕੋਈ ਚੀਜ਼ ਸ਼ੁਰੂ ਕਰਨ ਲੱਗਾ ਉਦੋਂ ਬਹੁਤ ਇਕਾਦੁਕਾ ਲੋਕ ਤੁਹਾਡੇ ਨਾਲ ਰਹਿ ਜਾਣਗੇ ਸੋ ਸਟਰਗਲ ਤੇ ਬਹੁਤ ਲੰਬਾ ਸੀਗਾ ਹੁਣ ਵੀ ਅੱਗੇ ਚੱਲਣਾ ਜੀ ਬਾਕੀ ਜਦੋਂ ਰੱਬ ਦਾ ਸਾਥ ਹੁੰਦਾ ਚੀਜ਼ਾਂ ਭੁੱਲ ਜਾਂਦਾ ਬੰਦਾ ਅੱਛਾ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਤੁਸੀਂ ਜਿੱਦਾਂ ਪਹਿਲੇ ਗੱਲ ਕੀਤੀ ਨਾ ਉਹ ਗਾਣੇ ਦੀ ਵੀ ਤੁਸੀਂ ਕਹੇ ਸੀ ਕਿ ਬਾਅਦ ਵਿੱਚ ਸੁਨੇਪੀ ਨੇ ਕਰਤਾ ਉਹ ਗਾਣਾ ਹੈਨਾ ਹਮਰ ਗਾਣਾ ਵੀ ਤਾਂ ਥੋੜਾ ਹੀ ਸੀਗਾ ਏਕੇ ਵਾਲਾ ਬਟ ਉਸ ਤੋਂ ਉੱਥੇ ਵੀ ਜਿਹੜਾ ਨਾਮ ਹੈ ਉਹ ਇੰਨਾ ਇਨਹਾਂਸ ਹੋ ਕੇ ਸਾਹਮਣੇ ਆਇਆ ਹੀ ਨਹੀਂ ਮੰਨਦਾ ਲੱਗਦਾ ਕਈਆਂ ਨੂੰ ਪਤਾ ਵੀ ਨਹੀਂ ਹੋਣਾ ਵੀ ਗਾਣਾ ਤੁਸੀਂ ਕੀ ਕਰਿਆ ਹੈ ਇੱਕ ਗਾਣਾ ਹਮਰ ਸੀਗਾ ਜਿਹੜਾ ਏਕੇ ਦਾ ਉਹ ਐ ਸੀਗਾ ਕਿ ਉਹਦੋਂ ਬਹੁਤ ਜ਼ਿਆਦਾ ਹੀ ਨਵੇਂ ਸੀ ਅਸੀਂ ਉਹਦੋਂ ਦੀਪ ਦੀਪ ਜੰਡੂ ਦਾ ਬਹੁਤ ਜ਼ਿਆਦਾ ਕਰੇ ਸੀ ਜੀ ਤੇ ਉਹਦੋਂ ਦੀਪ ਜੰਡੂ ਦਾ ਇੰਨਾ ਜ਼ਿਆਦਾ ਕਰੇ ਸੀ ਵੀ ਜਦੋਂ ਕੋਈ ਗਾਣਾ ਆਉਂਦਾ ਸੀ ਲੋਕਾਂ ਨੂੰ ਲੱਗਦਾ ਸੀ ਸ਼ਾਇਦ ਇਹਦਾ ਹੀ ਹੋਈਆਂ ਸੀਗਾ ਜੇ ਕੋਈ ਵਧੀਆ ਮਿਊਜ਼ਿਕ 'ਚ ਗਾਣਾ ਆ ਰਿਹਾ ਉਹ ਇਹਦਾ ਹੀ ਹੋ ਸਕਦਾ ਹੋਰ ਕਿਸਦਾ ਹੋ ਨਹੀਂ ਸਕਦਾ ਉਹ ਗਾਣਾ ਪਤਾ ਨਹੀਂ ਕਿਵੇਂ ਲੀਕ ਹੋ ਗਿਆ ਕਿਹਨੇ ਲੀਕ ਕਰਤਾ ਉਹਨੇ ਮਿਊਜ਼ਿਕ ਦੇ ਵਿੱਚ ਦੀਪ ਜੰਡੂ ਦਾ ਨਾਮ ਪਾ ਕੇ ਲੀਕ ਕਰਤਾ ਓਕੇ ਤੇ ਲਿਰਿਕਸ ਦੇ ਵਿੱਚ ਕਿਸੇ ਹੋਰ ਦਾ ਨਾਮ ਪਾਤਾ ਅਸਲ ਜੇ ਲਿਰਿਕ ਸੀ ਕਿ ਮੀਤ ਦੇ ਉਹਨਾਂ ਬੀਤ ਲਿਖਤਾ ਤੇ ਚਲੋ ਉਹ ਉਸ ਟਾਈਮ ਵੈਸੇ ਹੀ ਬੜਾ ਚੱਲਣ ੜਿਆ ਲੋਕਾਂ ਨੂੰ ਬਲੀਵ ਹੋ ਗਿਆ ਵੀ ਉਹਦਾ ਮਿਊਜ਼ਿਕ ਆ ਬਟ ਚਲੋ ਉਹਦੇ ਬਾਅਦ ਆਪਾਂ ਨੇ ਟਾਈਟ ਗੋਰੀਆ ਕੀਤਾ ਉਹ ਤੋਂ ਬ੍ਰੇਕ ਮਿਲ ਗਈ ਆਪਣਾ ਕੰਮ ਆਪਣੀ ਦੁਕਾਨ ਸ਼ੁਰੂ ਹੋ ਗਈ ਜੀ ਤੇ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਤੁਸੀਂ ਤਾਂ ਇੰਡਸਟਰੀ ਦਾ ਪਾਰਟ ਹੋ ਤੁਸੀਂ ਤਾਂ ਹੰਡਾ ਰਹੇ ਹੋ ਅਮ ਇੱਕ ਤਾਂ ਇਹ ਨਾਮ ਚੇਂਜ ਕਰਨ ਵਾਲਾ ਟ੍ਰੈਂਡ ਹੋ ਗਿਆ ਇਹ ਵੈਸੇ ਉਹਨਾਂ ਨਾਲ ਵੀ ਹੋ ਚੁੱਕਿਆ ਧੱਕਾ ਗਾਣੇ ਦੇ ਟਾਈਮ ਤੇ ਅਭਸਾਨਾ ਖਾਨ ਤੇ ਗੁਰਲੀਸ਼ ਜੀ ਦੇ ਨਾਲ ਹੈ ਨਾ ਸੋ ਇਟ ਹੈਪਨਸ ਯੂਜੂਅਲੀ ਇੱਕ ਹੋਰ ਚੀਜ਼ ਦੀ ਬੜੀ ਪ੍ਰੋਬਲਮ ਆਂਦੀ ਹੈ ਲੀਕ ਵਾਲੀ ਇਹ ਲੀਕ ਵਾਲਾ ਸਿਸਟਮ ਕੀ ਹੈ ਮੈਂ ਜਿੰਨਾ ਕ ਤੁਹਾਨੂੰ ਪਤਾ ਹੈ ਮੈਂ ਜ਼ਰੂਰ ਚਾਹਾਂਗੀ ਕਿ ਮੈਨੂੰ ਦੱਸੋ ਲੀਕ ਦੇਖੋ ਮੈਂ ਤੁਹਾਨੂੰ ਦੱਸਦਾ ਜੇ ਮੰਨ ਲਓ 10 ਗਾਣੇ ਲੀਕ ਹੋਣਦੇ ਆ 10 ਚ 8 ਗਾਣੇ ਸਿੰਘਰਾ ਨੇ ਆਪ ਲੀਕ ਕੀਤੇ ਆ ਅੱਛਾ ਦੋ ਕਿਤੇ ਨਾ ਕਿਤੇ ਹੋ ਗਏ ਗਲਤੀਆਂ ਹਾਂ ਕਿਉਂਕਿ ਇੱਕ ਦਾ ਗਾਣਾ ਤਾਂ ਐ ਲੀਕ ਹੋ ਜਾਂਦਾ ਜਿਵੇਂ ਮੰਨ ਲਓ ਮੇਰੇ ਤੋਂ ਮੇਰੇ ਦੋਸਤਾਂ ਨੇ ਮੰਗਾੜੇ ਗਾਣੇ ਭਾਈ ਗਾਣਾ ਭੇਜ ਬੜਾ ਸੋਹਣਾ ਜੀ ਉਹਨੇ ਗਾਹ ਗੱਡੀ ਜੀ ਕਿਸੇ ਨੂੰ ਸੁਣਾਤਾ ਉਹ ਕਹਿੰਦਾ ਯਾਰ ਗਾਣਾ ਬੜਾ ਵਧੀਆ ਮੇਰੇ ਕੋਲ ਹੀ ਰਹੂਗਾ ਅੱਗੇ ਨਹੀਂ ਕਿਸੇ ਨੂੰ ਭੇਜਦਾ ਮੈਨੂੰ ਦੇ ਦੇ ਹਾਂ ਉਹ ਗਾਣਾ ਉਹਦੇ ਕੋਲ ਪਹੁੰਚ ਗਿਆ ਹਨਾ ਕਿਉਂਕਿ ਸਾਨੂੰ ਪਤਾ ਵੀ ਆਪਾਂ ਕਿੰਨੀ ਮਿਹਨਤ ਲੱਗੀ ਮਿਊਜ਼ਿਕ 'ਚ ਕਿੰਨਾ ਟਾਈਮ ਲੱਗਾ ਲੇਖਣ 'ਚ ਕਿੰਨਾ ਟਾਈਮ ਲੱਗਾ ਹੁਣ ਕਿਵੇਂ ਪੇਸ਼ ਕਰਨਾ ਇੱਕ অবজারਵੇਸ਼ਨ ਹੁੰਦੀ ਹੈ ਜਦੋਂ ਸਾਡੇ ਯਾਰ ਦੋਸਤ ਨੂੰ ਆਪਾਂ ਭੇਜਦੇ ਆ ਹਨ ਉਹਨਾਂ ਨੂੰ ਐ ਨਾ ਨਾ ਕਰ ਨਹੀਂ ਸਕਦਾ ਬੰਦਾ ਹਨਾ ਯਾਰੀ ਹੁੰਦੀ ਹੈ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਯਾਰੀ ਯਾਰੀ ਚ ਕਿਵੇਂ ਗਾਣਾ ਅੱਗੇ ਪਹੁੰਚ ਜਾਂਦਾ ਪਰ ਕਈ ਸਿੰਗਰ ਜ਼ਿਆਦਾਤਰ ਇਹਨੂੰ ਬਿਜ਼ਨਸ ਹੀ ਬਣਾ ਲਿਆ ਅੱਛਾ ਹਾਂ ਜ਼ਿਆਦਾਤਰ ਕਈ ਸਿੰਗਰਾਂ ਨੇ ਇਹਨੂੰ ਬਿਜ਼ਨਸ ਬਣਾ ਲਿਆ ਉਹ ਕਹਿੰਦੇ ਯਾਰ ਬਾਈ ਕਿੱਥੇ ਪੈਸੇ ਲਾਵਾਂਗੇ ਵੀਡੀਓ ਬਣਾਵਾਂਗੇ ਲੀਕ ਕਰਕੇ ਦੇਖ ਲੈਣੇ ਆ ਹਾਂ ਜੇ ਹਿੱਟ ਹੋ ਗਿਆ ਤਾਂ ਬਣਾ ਲਓ ਹੋ ਗਿਆ ਤੇ ਵੀਡੀਓ ਕਰ ਆਂਕੀ ਅਸਲ ਜੀ ਇਹ ਚੀਜ਼ ਹੈ ਕਿ ਇੰਡਸਟਰੀ ਨੇ ਹੁਣ ਫਾਈਨਲੀ ਸਿਖਾਇਆ ਕੀ ਹੈ ਦੀ ਕੀ ਕੀ ਸਿੱਖ ਲਿਆ ਜੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਇੰਡਸਟਰੀ ਨੇ ਇਹੀ ਸਿਖਾਇਆ ਵੀ ਆਪਣਾ ਪਹਿਲਾਂ ਸੋਚੋ ਅੱਛਾ ਹੈਨਾ ਉਹ ਇੱਕ ਜਦੋਂ ਤੁਸੀਂ ਆਪਣਾ 에ਅਰਪਲੇਨ ਤੇ ਸਫ਼ਰ ਕਰਦੇ ਹੋ ਕਹਿੰਦੇ ਆ ਨਾ ਕਿਸੇ ਕੋ ਆਕਸੀਜਨ ਮਾਸਕ ਦੇਣੇ ਸੇ ਪਹਿਲੇ ਆਪਣਾ ਦੇਖੇ ਉਹੀ ਜ਼ਿੰਦਗੀ ਹੈ ਇੱਥੇ ਵੀ ਆਈ ਆ ਕਿਸੇ ਦਾ ਹੈਨਾ ਤੁਸੀਂ ਕੰਮ ਸਵਾਰਨ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਰ ਲਓ ਵੀ ਤੁਸੀਂ ਕਿਸੇ ਨੂੰ ਬਚਾਉਣ ਨੂੰ ਫਿਰਨਾ ਕੋਈ ਤੁਹਾਡੇ ਥੱਲੇ ਹੀ ਫੱਟੀ ਖਿੱਚ ਲਿਆਊਗਾ ਤੁਹਾਡੀ ਜੀ ਵੀ ਤੁਸੀਂ ਕਿਸੇ ਨੂੰ ਬਚਾਉਂਦੇ ਬਚਾਉਂਦੇ ਆਪ ਹੀ ਬੈਲੈਂਸ ਆਪਣਾ ਹੀ ਵਿਗਾੜ ਲੈਣਾ ਚਲੋ ਹੁਣ ਕਿਉਂਕਿ ਬੈਲੈਂਸ ਬਹੁਤ ਸੋਹਣਾ ਤੁਸੀਂ ਬਣਾ ਲਿਆ ਹੈ ਨਾ ਤੇ ਹੁਣ ਬਾਕੀ ਗਾਣੇ ਵੀ ਆਪ ਹੀ ਲਿਖਣੇ ਹਾਂਜੀ ਬਹੁਤ ਸਾਰੇ ਗਾਣੇ ਮੇਰੇ ਆਪ ਦੇ ਲਿਖੇ ਆ ਤੇ ਬਹੁਤ ਸਾਰੇ ਗਾਣੇ ਕੁਝ ਆਪਾਂ ਨੇ ਕਿਸੇ ਤੋਂ ਵੀ ਲਏ ਆਪਣੇ ਕੁਝ ਭਰਾਵਾਂ ਤੋਂ ਆਪਾਂ ਨੂੰ ਏਡਾ ਕੋਈ ਚੱਕਰ ਨਹੀਂ ਵੀ ਨਾਮੀ ਤੋਂ ਹੀ ਲੈਣੇ ਆ ਆਪਾਂ ਨੇ ਫੇਰ ਹੀ ਹਿੱਟਾਂ ਆਪਾਂ ਨੂੰ ਕੋਈ ਘਰੋਂ ਉੱਠ ਕੇ ਦਸਵੀਂ ਦਾ ਮੁੰਡਾ ਵੀ ਗਾਣਾ ਦੇ ਦੂਗਾ ਨਾ ਆਪਾਂ ਨੂੰ ਘੈਂਡ ਲੱਗੂਗਾ ਤੇ ਆਪਾਂ ਨੇ ਗਾ ਲੈਣਾ ਓਕੇ ਤੇ ਮਿਊਜ਼ਿਕ ਤਾਂ ਤੁਸੀਂ ਆਪ ਹੀ ਕਰੋਗੇ ਹਾਂਜੀ ਮਿਊਜ਼ਿਕ ਵੀ ਆਪ ਹੀ ਕਰਾਂਗੇ ਤੇ ਆਪਣਾ ਆਰਟਿਸਟਾ ਮੁੰਡਾ ਆਪਣਾ ਭਰਾ ਛੋਟਾ ਵਿਸ਼ੂ ਉਹ ਵੀ ਕਰ ਉਹ ਵੀ ਕਰ ਰਿਹਾ ਤੇ ਮੈਂ ਸਾਰੇ ਮਿਊਜ਼ਿਕ ਡਾਇਰੈਕਟਰਾਂ ਦੇ ਨਾਲ ਓਪਨ ਮੇਰੀ ਸਾਰੇ ਮੇਜ਼ੇ ਡਾਇਰੈਕਟਰਾਂ ਨਾਲ ਬਹੁਤ ਜ਼ਿਆਦਾ ਗੁੱਡ ਫਰੈਂਡਸ਼ਿਪ ਆ ਜੀ ਤੇ ਜਿਨ੍ਹਾਂ ਇੰਡਸਟਰੀ ਦੇ ਵਿੱਚ ਤੁਹਾਡੇ ਨਾਲ ਅچھے ਭਰਾ ਭਰਾ ਵਾਲੇ ਰਿਲੇਸ਼ਨਸ਼ਿਪ ਨੇ ਯਾਰੀ ਦੋਸਤੀ ਵਾਲੇ ਨੇ ਤੁਸੀਂ ਉਹਨਾਂ ਨਾਲ ਕੋਲਾਬੋਰੇਸ਼ਨ ਵੀ ਕਰਨ ਵਾਲੇ ਹੋ ਅੱਗੇ ਹਾਂਜੀ ਸਿੰਗਰਾਂ ਨਾਲੋਂ ਜ਼ਿਆਦਾ ਨਾ ਮੇਰੀ 뮤직 ਡਾਇਰੈਕਟਰਾਂ ਨਾਲ ਜ਼ਿਆਦੀ ਬਣੀ ਜੀ ਇਹ ਮੇਰੇ ਵਰਗੇ ਹੀ ਆ ਨਾ ਥੋੜੇ ਜਿਹਾ ਦਿਮਾਗ ਤੋਂ ਖਾਲੀ ਤੇ ਇਹਨਾਂ ਨਾਲ ਮੇਰੀ ਜ਼ਿਆਦੀ ਬਣਦੀ ਤੇ ਮੇਰੇ ਹੋਰਾਂ ਸਿੰਗਰਾਂ ਨਾਲ ਵੀ ਕਈਆਂ ਨਾਲ ਕੋਲਾਬੋਰੇਸ਼ਨ ਆ ਰਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਵੀ 10 ਖਾਸ ਬੰਦਿਆਂ ਚੋਂ 4 ਰਹਿ ਜਾਂਦੇ ਆ ਹਾਂ ਉਵੇਂ ਜਿਹੜੇ ਸਾਡੇ 4 ਕੁਛ ਖਾਸ ਭਰਾ ਸੀ ਆਰਟਿਸਟ ਉਹਨਾਂ ਨਾਲ ਕਲੈਬੋਰੇਸ਼ਨ ਵੀ ਕਰ ਰਹੇ ਆ ਬਟ ਉਹਨਾਂ ਕਲੈਬੋਰੇਸ਼ਨਾਂ ਤੋਂ ਪਹਿਲਾਂ ਮੈਂ ਆਪ ਦੇ ਨਾਮ ਤੇ ਗਾਣੇ ਕਰਨੇ ਕੋਈ ਮੈਨੂੰ ਐ ਨਾ ਕਵੇ ਵੀ ਉਹਦੇ ਮੋਢੇ ਤੇ ਹੱਥ ਰੱਖ ਕੇ ਬੰਦਾ ਗੋਲੀ ਚਲਾਈ ਜਾਂਦਾ ਰਾਈਟ ਬਟ ਮੈਨੂੰ ਲੱਗਦਾ ਕੰਮ ਸੋਚਣੀ ਹੈ ਵੈਸੇ ਮੈਨੂੰ ਤਾਂ ਲੱਗਦਾ ਕਿ ਕੰਮ ਕੰਮ ਹੀ ਹੁੰਦਾ ਹੈ ਨਾਲ ਕੀਤਾ ਤੁਹਾਨੂੰ ਤੁਹਾਡਾ ਹੀ ਮਿਲਣਾ ਹੈ ਦੈਟਸ ਫਾਈਨ ਸੋ ਇਸ ਗਾੜੇ ਬਾਰੇ ਮੈਂ ਇਹਦੀ ਵੀਡੀਓ ਬਹੁਤ ਜ਼ਿਆਦਾ ਮਤਲਬ ਤੁਸੀਂ ਟ੍ਰੈਂਡੀ ਜੀ ਬਣਾਈ ਤੁਸੀਂ ਖੁਦ ਵੀ ਬੜੇ ਸਟਾਈਲਿਸ਼ ਦਿਖਿਓ ਸੋ ਇਹ ਸਾਰੀ ਜਿਹੜੀ ਹੈਗੀ ਹੈ ਇਹ ਤੁਹਾਡੀ ਖੁਦ ਦੀ ਹੈ ਇੰਡੀਵਿਜੂਅਲੀ ਯਾ ਇਹ ਇਹ ਮੇਰਾ ਵੀ ਕੁਝ ਥਾਟ ਸੀਗਾ ਤੇ ਬਾਕੀ ਦਾ ਕਨਸੈਪਟ ਡਾਇਰੈਕਟਰ ਨੇ ਬਣਾਇਆ ਨਵਤਮਾਨ ਨੇ ਉਹਨੇ ਬੰਦਾ ਨੇ ਬਹੁਤ ਜ਼ਿਆਦਾ ਸਾਲ ਦਿੱਤਾ ਹੈਨਾ ਦਿਮਾਗ ਬਹੁਤ ਬਹੁਤ ਕ੍ਰੀਏਟਿਵ ਹੈ ਇਹ ਸ਼ੂਟ ਆਪਾਂ ਨੇ ਕੀਤਾ ਇੱਥੇ ਖਰੜ ਚ ਅੱਛਾ ਖਰੜ ਚ ਇੱਕ ਸੈਟ ਲੱਗਿਆ ਹੋਇਆ ਵੀ ਮਿੱਟੀ ਦੇ ਘਰ ਬਣੇ ਹੋਏ ਅੱਛਾ ਘਰ ਹੈ ਹਾਂ ਤੇ ਜੇ ਕੋਈ ਹੋਰ ਬੰਦਾ ਹੁੰਦਾ ਮੇਰੇ ਹਿਸਾਬ ਨਾਲ ਕੱਚੇ ਘਰਾਂ ਤੇ ਸ਼ੂਟ ਕਰਦਾ ਵੀ ਚਾਦਰਾਂ ਬਨ ਲਓ ਹਨਾ ਇੱਥੇ ਘੂਂਟ ਦਿਖਾ ਦਿਓ ਘੋੜੀਆਂ ਦਿਖਾ ਦਿਓ ਪੁਰਾਣਾ ਪਿੰਡ ਵਾਲਾ ਮਾਹੌਲ ਦਿਖਾਉਂਦਾ ਆਪਾਂ ਨੇ ਥੋੜਾ ਇਹਨੂੰ ਅਰਬਨ ਦਿਖਾ ਦਿੱਤਾ ਮੈਕਸੀਕਨ ਟਾਈਪ ਉਹ ਜਿਹੜਾ ਥੋੜਾ ਮਿਕਸ ਜਿਹਾ ਤੁਸੀਂ ਕੰਟਰਾਸਟ ਸ਼ੂਟ ਆਪਾਂ ਨੇ ਲੋਕਲੀ ਕੀਤਾ ਹਾਂ ਨਹੀਂ ਬਹੁਤ ਅੱਛਾ ਹੈ ਸੁਣਾਓਗੇ ਹਾਂਜੀ ਹਾਂਜੀ ਬਿਲਕੁਲ ਜੀ ਅਮਾ ਬੈਕ ਟੂ ਦਾ ਗੇਮ ਮੇਰਾ ਪੁੱਲੇ ਤਾਂ ਨਹੀਂ ਨੇ ਮੇਰੇ ਬਦਲੇ ਹਾਲਾਤ ਜੱਟ ਆ ਜੇ ਵੀ ਆ ਸੇਮ ਅਮਾ ਬੈਕ ਟੂ ਦਾ ਗੇਮ ਮੈਥੋਂ ਬਚੋ ਮੈਥੋਂ ਮਚੋ ਹੁਣ ਖਿੱਚ ਲੋ ਤਿਆਰੀ ਪੰਗਾ ਪੈਣਾ ਵਾਰੀ ਵਾਰੀ ਹੁਣ ਕੱਲੇ ਕੱਲੇ ਨੂੰ ਮੈਂ ਰਗੜੂਗਾ ਬੀਬਾ ਵਾਰੂ ਵਾਰੀ ਯਾਟ ਡੱਬ ਨਾਲ ਰੱਖਦਾ ਏ ਟੰਗ ਕੇ ਖੋਣ ਦੇ ਸ਼ਕੀਨ ਲੈnde ਚੀਜ਼ਾਂ ਨਹੀਂ ਮੰਗ ਕੇ ਉਤਰੇ ਮਦਾਨ ਵਿੱਚ ਲੈਣਾ ਕੀ ਸੰਗ ਕੇ ਲੰਡੂ ਰਖੇ ਹੋਏ ਜ਼ਾਲੇ ਕੰਦਾ ਆ ਤੇ ਟੰਗ ਕੇ ਜ਼ਾਲੇ ਉਹ ਦਿਖਾਉ ਹੁਣ ਹੁੱਡ ਮੇਰੀ ਲੰਗ ਕੇ ਨੀਂਦ ਦੱਲਿਆਂ ਦੀ ਉੱਡੀ ਮੈਨੂੰ ਕਰਦੇ ਬਲੇ ਮਾਂ ਮੈਕ ਟੂ ਦਾ ਗੇਮ ਮੇਰਾ ਭੁੱਲਦਾ ਨਹੀਂ ਨੇ ਮੇਰੇ ਬਦਲੇ ਹਾਲਾਤ ਯਾਟ ਏ ਜੇ ਵੀ ਅਸੀਮ ਮਾਂ ਮੈਕ ਟੂ ਦਾ ਗੇਮ ਹੂੰ ਉਬਈ ਮਾਜਦਾ ਮਜਾ ਐਲ ਬੈਕ ਟੂ ਦਾ ਗੇਮ ਹੋ ਚੁਕਿਆ ਹੈ ਲੇਕਿਨ ਵਾਕਈ ਆਪਾ ਕਹਿੰਦੇ ਆ ਨਾ ਕਿ ਟਿੱਡੋ ਐ ਇਹ ਟਿੱਡੋ ਵਾਲਾ ਇਹ ਟਿੱਡੋ ਵਾਲਾ ਜਜ਼ਬਾਤ ਨੇ ਜੋ ਗੀਤ ਰਾਹੀ ਬਾਹਰ ਆਏ ਨੇ ਸੋ ਹੁਣ ਵਾਟਸ ਦਾ ਪਲਾਨ ਹੁਣ ਕੀ ਡ੍ਰੀਮ ਐ ਹੁਣ ਕੀ ਕੀ ਸੋਚਿਆ ਆਪਾ ਕਹਿੰਦੇ ਆ ਨਾ ਵੀ ਅਸੀਂ ਸਟਾਰਟਿੰਗ ਦੇ ਸਾਲ ਦੇ ਸ਼ੁਰੂਆਤ ਚ ਸੋਚਦੇ ਆ ਵੀ ਇਸ ਸਾਲ ਇਹ ਹੋਣਾ ਹੈ ਇਸ ਸਾਲ ਕੀ ਹੋਣਾ ਹੈ ਦੇਖੋ ਹਰ ਡ੍ਰੀਮ ਦੇ ਸਭ ਤੋਂ ਪਹਿਲਾਂ ਮੇਰਾ ਇਹੀ ਆ ਜੋ ਮੇਰਾ ਹਰ ਸਾਲ ਰਿਹਾ ਵੀ ਆਪਣੇ ਮਾਪੇ ਨੂੰ ਇੱਕ ਚੰਗੀ ਲਾਈਫ ਦੇਣੀ ਬਹੁਤ ਉਹਨਾਂ ਨੂੰ ਔਖੀਆਂ ਕਰ ਲਿਆ ਬਹੁਤ ਉਹਨਾਂ ਨੂੰ ਨਾ ਦੁੱਖ ਦੇ ਦਿੱਤੇ ਆ ਤੇ ਉਹਨਾਂ ਨੂੰ ਇੱਕ ਅੱਛੀ ਲਾਈਫ ਦੇਣੀ ਤੇ ਜਦੋਂ ਤੁਹਾਡੇ ਮਾਪੇ ਬਾਪ ਤੁਹਾਡਾ ਰੱਬ ਖੁਸ਼ ਆ ਤੁਹਾਡੇ ਸਾਰੇ ਡਰੀਮ ਆਪੇ ਰੱਬ ਦੇਖੂਗਾ ਆਪਾਂ ਪਹਿਲਾਂ ਆਪਣਾ ਰੱਬ ਦੇਖਣਾ ਇਹ ਗਾਣਾ ਦੇਖ ਲਿਆ ਉਹਨਾਂ ਨੇ ਹਾਂਜੀ ਉਹਨਾਂ ਦੇਖ ਲਿਆ ਕੀ ਕਹਿੰਦੇ ਫਾਦਰ ਸਾਫ ਹੈ ਉਹਦੇ ਨਹੀਂ ਕਹਿੰਦੇ ਵਧੀਆ ਘੈਂਡਾ ਚੱਕ ਕੇ ਰੱਖੋ ਕੋਈ ਚੱਕਰ ਨਹੀਂ ਬਹੁਤ ਅੱਛੀ ਗੱਲ ਹੈ ਸੋ ਅਸੀਂ ਵੀ ਇਹੀ ਕਵਾਂਗੇ ਕਿ ਚੱਕ ਕੇ ਰੱਖੋ ਤੁਸੀਂ ਕਮ ਹੈ ਨਾ ਥੈਂਕ ਯੂ ਦਿਲੋਂ ਲਿਖੋ अच्छा लिखो एंड सब तो ज्यादा तो ਤੁਹਾਡਾ ਗੁੱਡ ਮਤਲਬ ਹੈਗਾ ਹੀ ਇਹ ਮੰਤਰਾਂ ਕਿ డు ਵਟੈਵਰ ਯੂ ਵਾਂਟ ਟੂ ਡੋ ਡੋਨਟ ਟ੍ਰਬਲ ਯਰ ਮਦਰ ਐਂਡ ਫਾਦਰ हां जी ਸੋ विश यू ਅ ਗੁੱਡ ਲੱਕ ਐਂਡ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਸੋਹਣੇ ਸੋਹਣੇ ਗੀਤ ਆਂਦੇ ਰਹਿਣਗੇ ਤੇ ਜ਼ਿੰਦਗੀ ਦੇ ਹੋਰ ਵੀ ਜਿਹੜੇ ਕਿਸੇ ਨੇ ਉਹ ਅਸੀਂ ਟਾਈਮ ਰਹਿੰਦੇ ਰਹਿੰਦੇ ਜਾਣਦੇ ਰਵਾਂਗੇ ਸੋ ஆல் ਦਾ ਵੈਰੀ ਬੈਸਟ ਐਂਡ ਥੈਂਕ ਯੂ ਕंग्रेचुਲੇਸ਼ਨਸ ਤੁਹਾਨੂੰ ਗੀਤ ਲਈ ਸੋ ਆਨੰਦ ਮਾਣੋ ਮੋਜਾ ਮਾਣੋ ਸੋਹਣਾ ਗੀਤ ਹੈ ਥੈਂਕ ਯੂ ਜੀ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਐਂਡ ਨਾਲ ਗਾਣੇ ਦੀ ਗੱਲ ਵੀ ਹੋ ਗਈ ਐ ਸੋ ਬਿਲਕੁਲ ਮੈਨੂੰ ਲੱਗਦਾ ਹੈ ਕਿ ਜਿਹੜਾ ਇਨਸਾਨ ਸੱਚੀ ਨੀਤੋਂ ਕੰਮ ਕਰਦਾ ਉਹਨੂੰ ਤੁਹਾਡੇ ਪਿਆਰ ਤੇ ਸਾਥ ਦੀ ਜ਼ਰੂਰਤ ਆਲਵੇਸ ਰਹਿੰਦੀ ਐ ਔਰ ਤੁਹਾਡਾ ਪਿਆਰ ਤੇ ਸਾਥ ਹੀ ਐ ਜਿਹੜਾ ਉਸਨੂੰ ਉਸਦੀ ਮੰਜ਼ਿਲ ਤੱਕ ਲੈ ਕੇ ਜਾਂਦਾ ਸੋ ਬਿਲਕੁਲ ਕੀਪ سپورਟਿੰਗ ਅੱਛਾ ਕੰਟੈਂਟ ਅੱچھے ਕਲਾਕਾਰ ਹੈ ਨਾ ਬਾਕੀ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ ਕੀਪ ਵਾਚਿੰਗ ਸਨੇ ਪੰਜਾਬੀ ਦਿਓ ਇਜਾਜ਼ਤ ਸਸ਼ਕਲ